पीएनओ मीडिया ग्रुप नाल जुड़े सारे सज्जनों का स्वागत। दोस्तों मैं सुखनैब सिंह सिद्धू इस वक्त एक ऐसी शख्सियत तुहानू मिलाउण जा रहा हूं जिन्हों का बहुत सारा काम उन्हां स्रोतों के उत्ते है जिहड़े सानू यह दस्सिया जा रहा है कि पल्यूट हो गए, जिवें पानी जां कुछ होर। पानी ते मिट्टी साढ़े नाल जुड़े ने, पंज तत्तां का भौतिक शरीर जिवें दस्सिया जांदा, ते इहदी पंजाब नू ते पंजाबियां नू किन्नी जरूरत है। असीं किहो जिहा गंधला पानी पी रहे हैं, की कुछ साढ़े नाल हो रहा है। कुछ क गल्लां जिहड़ियां ओह जिहड़ियां प्रचारियां जांदियां, कुछ गल्लां ओह आ जिहड़ियां प्रचारियां तां जांदियां, असल कहानी कुछ होर हुंदी है। अज प्रोफेसर हरमनजीत सिंह धांदली अपने नाल शामिल ने, पर इहनां दा बहुत सारा काम इहनां चीजां दे उत्ते ही है। प्रोफेसर साहब ने सॉयल कंजरवेशन ऑफिसर दे वजों भी अपनी ड्यूटी है जिहड़ी ओह पंजाब दे विच निभाई। उस तों बाद विच पीए जो जिहड़ी आपां जाणदे हां कि ऐसी यूनिवर्सिटी है जिथे खेती दे आधार खोजां हुंदियां ने और सेध दित्ती जांदी है, उत्थे प्रोफेसर रहे, अजकल ब्रिटिश कोलंबिया कैनेडा दे विच ने, ते हुण अपने प्रोग्राम दा हिस्सा ने। उत्थे भी इन्हां ने काफी कम जिहड़े आ वाटर रिसोर्स दे उपर कीते ने। ते अज आपां गल करदे हां प्रोफेसर हरमनजीत सिंह होर। प्रोफेसर साहब स्वागत, सति श्री अकाल जी। ਸਤਿ ਸ਼੍ਰੀ ਅਕਾਲ ਸੁਖਨੈਬ ਜੀ ਤੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਤੁਸੀਂ ਸਾਡੇ ਨਾਲ ਸੰਪਰਕ ਕੀਤਾ, ਔਰ ਖਾਸ ਕਰਕੇ ਇਹ ਸੰਪਰਕ ਬੜਾ ਲਾਜ਼ਮੀ ਹੈ ਤੁਸੀਂ, ਕਿਉਂਕਿ ਜਿਹੜੇ ਫੀਲਡ ਦੇ ਵਿੱਚ ਰਹੇ ਹੋ ਸਾਡੇ ਵਰਗੇ ਬੰਦਿਆਂ ਨੇ ਖਬਰਾਂ ਪੜ੍ਹ ਕੇ ਬੋਲਣਾ ਹੁੰਦਾ, ਸਾਨੂੰ ਓਨੀ ਕਿਸੇ ਮੁੱਦੇ ਦੀ ਗੰਭੀਰਤਾ ਦੇ ਨਾਲ ਨਹੀਂ ਪਤਾ ਹੁੰਦਾ, ਜਾਂਚ ਨਹੀਂ ਹੁੰਦੀ, ਸ਼ਬਦ ਬੜੇ ਹੁੰਦੇ ਨੇ, ਪਰ ਤੁਹਾਡੇ ਕੋਲੇ ਖੋਜ ਹੁੰਦੀ ਹੈ, ਪ੍ਰੈਕਟੀਕਲ ਹੁੰਦਾ। ਤੇ ਜਿਹੜੇ ਵਾਟਰ ਰਿਸੋਰਸ ਨੇ ਤੇ ਦੂਸਰੇ ਪਾਸੇ ਸਾਡੀ ਜਿਹੜੀ ਜ਼ਮੀਨ ਹੈ ਉਹ ਪੋਲਿਊਟਡ ਹੋ ਰਹੀ ਆ, ਹਰ ਪੱਖੋਂ ਤੁਸੀਂ ਇਹਦੇ ਤੇ ਕੰਮ ਕੀਤਾ ਹੋਇਆ, ਪੀਐਚਡੀ ਵੀ ਤੁਹਾਡੀ ਇਹਨਾਂ ਕੰਮਾਂ ਤੇ ਹੈ, ਤੇ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰਨੀ ਹੋਵੇ ਯੂਰੇਨੀਅਮ ਦਾ ਮੁੱਦਾ, ਬੜਾ ਅਹਿਮ ਮੁੱਦਾ, ਸਮੇਂ ਸਮੇਂ ਤੇ ਉਭਾਰਿਆ ਗਿਆ। ਮੈਂ ਉਦੋਂ ਵੀ ਕਈਆਂ ਬੰਦਿਆਂ ਤੋਂ ਸੁਣਿਆ ਕਿ ਜੀ ਯੂਰੇਨੀਅਮ ਵਰਗੇ ਮੁੱਦੇ ਆ ਨਾ, ਇਹ ਮੁੱਦੇ ਹੈ ਨਹੀਂ ਅਸਲ 'ਚ, ਇਹ ਬਣਾਏ ਗਏ ਨੇ ਕੁਛ ਕੁ ਚੀਜ਼ਾਂ ਵੇਚਣ ਦੇ ਵਾਸਤੇ, ਕਿਉਂਕਿ ਆਰ ਓ ਸਾਡੇ ਘਰਾਂ 'ਚ ਲੱਗ ਗਏ। ਹੁਣ ਅਸੀਂ ਕਹੀ ਜਾਂਦੇ ਕਿ ਇਹ ਆਰ ਓ ਆ ਜਿਹੜਾ ਆਰ ਓ ਵਾਲਾ ਪਾਣੀ ਆ ਜਿਹੜਾ ਉਹ ਘਾਤਕ ਆ ਸਾਡੇ ਵਾਸਤੇ, ਤੇ ਕਿਉਂਕਿ ਮਿਨਰਲ ਨਹੀਂ ਰਹਿੰਦਾ, ਤਾਂ ਕਰਕੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਖੁੱਲ ਕੇ ਚਾਨਣਾ ਜ਼ਰੂਰ ਪਾਇਆ। ਹਾਂਜੀ ਸੁਖਨੈਬ ਜੀ, ਤੁਸੀਂ ਬੜਾ ਵਧੀਆ, ਜਾਨੀ ਪਹਿਲਾਂ ਤਾਂ ਧੰਨਵਾਦ ਤੁਹਾਡਾ, ਜਾਨੀ ਕਿ ਆਪਣੀ ਗੱਲਬਾਤ ਅਰੇਂਜ ਕਰਨ ਲਈ। ਜਿਹੜਾ ਦੇਖੋ ਪੰਜਾਬ ਆਪਣਾ ਆਬਾਂ ਦੀ ਧਰਤੀ ਹੋਣ ਦੇ ਬਾਵਜੂਦ ਹੁਣ ਜਾਨੀ ਆਪਾਂ ਇਸ ਹਾਲਾਤ ਤੇ ਪਹੁੰਚ ਗਏ ਵੀ ਆਪਾਂ ਉੱਥੇ ਪਾਣੀ ਪੀਣਾ ਡਰਦੇ ਹਾਂ, ਉੱਥੇ ਕਿਸੇ ਵੀ ਸਰੋਤ ਤੋਂ, ਚਾਹੇ ਬੋਰ ਤੋਂ ਹੋ ਗਿਆ, ਚਾਹੇ ਕਿਸੇ ਨਦੀ ਨਾਲੇ ਚੋਂ, ਚਾਹੇ ਕਿਸੇ ਆਪਣੇ ਨਲਕੇ ਤਾਂ ਖੜ ਹੀ ਗਏ, ਜਾਂ ਸ਼ਹਿਰੀ ਪਾਣੀ ਹੋ ਗਿਆ। ਸੋ ਇਹਦਾ ਨਾ ਮਤਲਬ ਪਿਛਲੇ ਜੇ ਆਪਾਂ ਦੇਖੀਏ ਵੀ 90 ਤੋਂ ਮੈਂ 91 ਚ ਯੂਨੀਵਰਸਿਟੀ ਆਇਆ ਤੇ ਉਦੋਂ ਦਾ ਮੈਂ ਜਾਨੀ ਇਹਦੇ ਨਾਲ ਸੀਗਾ, ਤੇ ਜਦੋਂ ਮੈਂ ਸੋਇਲ ਕੰਜ਼ਰਵੇਸ਼ਨ ਆਫਿਸਰ ਜੁਆਇਨ ਕੀਤਾ 2002-03 ਦੇ ਵਿੱਚ, ਤੇ ਉਦੋਂ ਤੋਂ ਮੈਂ ਪੰਜਾਬ ਦੇ ਪਾਣੀ ਦੇ ਪੱਧਰ ਤੇ ਕੰਮ ਸ਼ੁਰੂ ਕਰਤਾ ਸੀ। ਉਹ ਤੋਂ ਬਾਅਦ ਯੂਨੀਵਰਸਿਟੀ ਆ ਕੇ ਫਿਰ ਮੈਂ ਇਹਦੀ ਜਾਨੀ ਕੁਆਲਿਟੀ ਆਲੇ ਪਾਸੇ ਨੂੰ ਵੀ ਇਹਦੇ ਵਿੱਚ ਜਿਹੜੀ ਉਸ ਤੇ ਰਿਸਰਚ ਦੇ ਨਾਲ ਜੁੜਿਆ ਰਿਹਾ, ਤੇ ਮੈਂ ਜਾਨੀ ਕਿ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਜਾਨੀ ਕਿ ਇਹਨਾਂ ਦੇ SDO ਦੇ ਨਾਲ ਜਾ ਕੇ ਪੰਜਾਬ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਉਹਨਾਂ ਦਾ ਵੀ ਸੈਂਪਲ ਲੈਂਦੇ ਰਹੇ, ਟੈਸਟ ਕਰਦੇ ਰਹੇ। ਜਿਵੇਂ ਹੁਣ ਤੁਸੀਂ ਯੂਰੇਨੀਅਮ ਦੀ ਗੱਲ ਕੀਤੀ ਹੈ, ਜਿਵੇਂ ਆਪਣੀ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਉੱਥੇ ਇੱਕ ਬਿਆਨ ਦਿੱਤਾ ਗਿਆ ਆਪਣੇ ਵਾਤਾਵਰਨ ਮੰਤਰੀ ਵੱਲੋਂ ਵੀ ਜਿਹੜਾ ਆਪਣੇ ਤਰਨ ਤਾਰਨ ਗੁਰਦਾਸਪੁਰ ਅੰਮ੍ਰਿਤਸਰ ਜ਼ਿਲ੍ਹੇ ਆ, ਵੀ ਇਹਨਾਂ ਦੇ ਵਿੱਚ ਯੂਰੇਨੀਅਮ ਤੇ ਫਲੋਰਾਈਡ ਬਹੁਤ ਜ਼ਿਆਦਾ, ਇਹਦੇ ਸਾਨੂੰ ਵਾਟਰ ਟ੍ਰੀਟਮੈਂਟ ਉੱਥੇ ਲਾਉਣਾ ਪੈਣਾ। ਤੇ ਪਰੰਤੂ ਕਿਉਂਕਿ ਇਹ ਨਾ ਮਤਲਬ ਜਾਨੀ ਜਿਹੜਾ ਆਰਸੈਨਿਕ ਆ ਜਾਂ ਯੂਰੇਨੀਅਮ ਆ, ਇਹ ਭਾਰੀਆਂ ਧਾਤਾਂ ਗਿਣੀਆਂ ਜਾਂਦੀਆਂ ਤੇ ਇਹਨਾਂ ਨੂੰ ਟੈਸਟ ਕਰਨ ਲਈ ਬਹੁਤ ਹੀ ਸੂਖਮ ਇੰਸਟਰੂਮੈਂਟ ਆ ਜਿਹੜੇ ਵਰਤੇ ਜਾਂਦੇ ਆ। ਯੂਰੇਨੀਅਮ ਆ ਜਿਹੜਾ ਇਹ ਭਾਭਾ ਐਟੋਮਿਕ ਰਿਸਰਚ ਇੰਸਟੀਚਿਊਟ ਉਹਨਾਂ ਵੱਲੋਂ ਕੀਤਾ ਗਿਆ ਸੀ ਸਰਵੇ, ਤੇ ਆਰਸੈਨਿਕ ਆ ਜਿਹੜਾ ਇਹ ICAP ਇੰਸਟਰੂਮੈਂਟ ਹੁੰਦਾ ਉਹਦੇ ਤੇ ਕੀਤਾ ਜਾਂਦਾ। ਜਿਹੜਾ ਆਰਸੈਨਿਕ ਦਾ ਜਾਨੀ ਕਿ ਉਹਨਾਂ ਨੇ ਕਿਹਾ ਗਿਆ ਵੀ ਇਹ ਆਰਸੈਨਿਕ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਆ, ਤੇ ਉਹ ਆਰਸੈਨਿਕ ਦੀ ਜਾਨੀ ਕਿ ਨਾ ਪਹਿਲਾਂ ਇਹਦੀ ਲਿਮਿਟ ਹੁੰਦੀ ਸੀ 50 PPB ਪਾਰਟਸ ਪਰ ਬਿਲੀਅਨ, ਜਾਨੀ 10 ਕਰੋੜ ਦੇ ਵਿੱਚੋਂ ਜੇ ਇੱਕ ਆ ਗਿਆ ਤਾਂ ਉਹਨੂੰ ਆਪਾਂ 1 ਮੰਨਦੇ ਆ। ਉਹ ਪਹਿਲਾਂ 50 ਤੱਕ ਆਪਾਂ ਕਹਿੰਦੇ ਸੀ ਵੀ ਪੀਣ ਜੋਗਾ ਪਾਣੀ ਆ ਜੇ ਆ ਗਿਆ ਇਹ, ਤੇ ਉਹ ਇਹਨਾਂ ਨੇ ਲਿਮਿਟ ਘਟਾ ਕੇ ਉਹਨੂੰ 10 PPB ਕਰਤਾ ਵੀ ਜੇ 10 PPB ਵਾਲਾ ਵੀ ਆ ਗਿਆ ਤਾਂ ਉਹ ਖਤਰਨਾਕ ਹੋਊਗਾ, ਤੇ ਇਹਨੂੰ ਇਹ ਜੋੜ ਕੇ ਦੇਖਿਆ ਜਾਂਦਾ ਵੀ ਇਹ ਕੈਂਸਰ ਕਰਦਾ। ਪਰੰਤੂ ਇਸ ਗੱਲ ਨੂੰ ਜੇ ਆਪਾਂ ਦੂਜੇ ਪਾਸੇ ਦੇਖੀਏ, ਪੰਜਾਬ ਸਰਕਾਰ ਦੇ ਵਿੱਚ ਇਹਨਾਂ ਨੇ 13-14 ਵਿੱਚ ਡਾਕਟਰ ਪਿਆਰੇ ਲਾਲ ਗਰਗ ਨੇ ਮੈਨੂੰ ਰਿਪੋਰਟ ਭੇਜੀ ਸੀ, ਉਦੋਂ ਇਹਨਾਂ ਨੇ ਪੰਜਾਬ ਦੇ ਵਿੱਚ ਸਾਰੇ ਕੈਂਸਰ ਦਾ ਸਰਵੇ ਕੀਤਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ, ਤੇ ਉਹਦੇ ਵਿੱਚ ਇਹਨਾਂ ਨੇ ਜਿਹੜਾ ਨਿਕਲ ਕੇ ਆਇਆ ਵੀ ਜਿਹੜਾ ਕੈਂਸਰ ਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਮੁਕਤਸਰ ਜ਼ਿਲ੍ਹੇ ਦੇ ਵਿੱਚ ਆ, ਤੇ ਉਸ ਤੋਂ ਬਾਅਦ ਬਠਿੰਡਾ, ਮਾਨਸਾ, ਫਰੀਦਕੋਟ, ਫਿਰੋਜ਼ਪੁਰ ਜ਼ਿਲ੍ਹੇ ਆਉਂਦੇ ਆ, ਤੇ ਪਰੰਤੂ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਕੈਂਸਰ ਦੀ ਗਿਣਤੀ ਮਰੀਜ਼ਾਂ ਦੀ ਸਭ ਤੋਂ ਘੱਟ ਪਾਈ ਗਈ।
ਸੋ ਮਤਲਬ ਇਹ ਤੋਂ ਇਹ ਗੱਲ ਪਤਾ ਲੱਗ ਜਾਂਦੀ ਹੈ ਵੀ ਜਿਹੜਾ ਆਪਣਾ ਆਰਸੈਨਿਕ ਆ ਜਾਂ ਭਾਰੀਆਂ ਧਾਤਾਂ ਕਰਕੇ ਕੈਂਸਰ ਪੰਜਾਬ 'ਚ ਨਹੀਂ ਹੋ ਰਿਹਾ, ਪੰਜਾਬ ਦੇ ਵਿੱਚ ਜਿਹੜੇ ਬਿਮਾਰੀਆਂ ਫੈਲ ਰਹੀਆਂ, ਕੈਂਸਰ ਹੋ ਗਿਆ ਜਾਂ ਕਾਲਾ ਪੀਲੀਆ ਹੋ ਗਿਆ ਜਾਂ ਮਤਲਬ ਮੰਦਬੁੱਧੀ ਬੱਚੇ ਜੰਮਣੇ, ਅਦਰਾ ਆਪਣਾ ਇਨਫਰਟਿਲਿਟੀ ਵੱਧ ਰਹੀ ਹੈ ਪੰਜਾਬ ਦੇ ਵਿੱਚ, ਇਹਦਾ ਕੋਈ ਹੋਰ ਕਾਰਨ ਹੈ, ਇਹ ਭਾਰੀਆਂ ਧਾਤਾਂ ਵਾਲਾ ਪੋਲਿਊਸ਼ਨ ਹੀ ਹੈ। ਇੱਥੇ ਸੁਖਨੇਰ ਜੀ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਪੋਲਿਊਸ਼ਨ ਹੁੰਦਾ, ਜਾਣੀ ਕਿ ਆਪਾਂ ਨਾ ਮਤਲਬ ਇਹਨੂੰ ਤਿੰਨ ਹਿੱਸਿਆਂ 'ਚ ਵੰਡ ਲੈਂਦੇ ਹਾਂ, ਜਾਣੀ ਕਿ ਵੀ ਕਿਵੇਂ ਹੁੰਦਾ। ਇੱਕ ਆਪਾਂ ਕਹਿ ਦਿੰਦੇ ਹਾਂ ਫਿਜ਼ੀਕਲ ਪੋਲਿਊਟੈਂਟ, ਫਿਜ਼ੀਕਲ ਹੋ ਗਏ ਜਿਹੜੇ ਅੱਖ ਨਾਲ ਦੇਖੇ ਜਾ ਸਕਦੇ, ਜਿਵੇਂ ਆਪਣਾ ਪਾਣੀ ਦੇ ਵਿੱਚ ਰੰਗ ਆਉਣ ਲੱਗ ਗਿਆ, ਜਿਵੇਂ ਟੂਟੀ ਆਪਣਾ ਕਈ ਵਾਰੀ ਰੇਤਾ ਆ ਗਿਆ ਹੈ ਨਾ, ਜਾਂ ਜਿੱਕਣਾ ਵੀ ਕਿਤੇ ਗੋਹਾ ਰਲ ਗਿਆ ਜਾਂ ਪੱਤੇ ਰਲ ਗਏ ਵਿੱਚ, ਸੋ ਉਹ ਆਪਣੇ ਫਿਜ਼ੀਕਲ ਪੋਲਿਊਟੈਂਟ ਹੋ ਗਏ। ਦੂਸਰਾ ਪੋਲਿਊਟੈਂਟ ਹੁੰਦੇ ਬਾਇਓਲੋਜੀਕਲ ਪੋਲਿਊਟੈਂਟਸ, ਉਹਨਾਂ ਦੇ ਵਿੱਚ ਆ ਜਾਂਦੇ ਆ ਸੁਖਨਾਬ ਜੀ ਜਿਵੇਂ ਬੈਕਟੀਰੀਆ ਹੋ ਗਏ ਹਾਰਮਫੁਲ, ਜਿਹਨਾਂ ਤੋਂ ਬਿਮਾਰੀ ਹੋ ਜਾਂਦੀ ਹੈ, ਪੇਟ ਦੇ ਰੋਗ ਲੱਗ ਜਾਂਦੇ ਆ, ਈਕੋਲਾਈ ਹੋ ਜਾਂਦਾ। ਤੇ ਪਰ ਜਿਹੜੇ ਤੀਜੇ ਪੋਲਿਊਟੈਂਟ ਆ ਉਹ ਹੈਗੇ ਕੈਮੀਕਲ ਪੋਲਿਊਟੈਂਟਸ, ਤੇ ਜਿਹੜੇ ਕੈਮੀਕਲ ਪੋਲਿਊਟੈਂਟ ਵੀ ਨਾ ਮਤਲਬ ਇਹਨਾਂ ਨੂੰ ਆਪਾਂ ਦੋ ਤਰ੍ਹਾਂ ਨਾਲ ਵੰਡ ਸਕਦੇ ਹਾਂ, ਇੱਕ ਹੋ ਜਾਂਦੇ ਆ ਇਨਆਰਗੈਨਿਕ ਤੇ ਇੱਕ ਆਰਗੈਨਿਕ। ਜਿਹੜੇ ਇਨਆਰਗੈਨਿਕ ਹੋ ਜਾਂਦੇ ਆ ਜਿਵੇਂ ਆਪਣਾ ਕੋਈ ਆਪਣਾ ਲੂਣ ਰਲ ਗਿਆ ਵਿੱਚ, ਜਾਂ ਕੋਈ ਆਪਣਾ ਸਿੰਪਲ ਜਿਹੜਾ ਪੁਰਾਣਾ ਦੇਸੀ ਸਾਬਣ ਹੁੰਦਾ ਸੀ ਉਹਦੇ ਨਾਲ ਹੋ ਗਿਆ, ਤੇ ਜਿਵੇਂ ਤੇਜ਼ਾਬ ਰਲ ਗਿਆ ਵਿੱਚ, ਇਹ ਜਾਨੀ ਕੈਮੀਕਲ ਪੋਲਿਊਟੈਂਟ ਹੋ ਜਾਂਦੇ ਆ ਇਨਆਰਗੈਨਿਕ। ਤੇ ਜਿਹੜੇ ਆਰਗੈਨਿਕ ਪੋਲਿਊਟੈਂਟ ਆ ਉਹ ਬਹੁਤ ਖਤਰਨਾਕ ਆ, ਉਹਨਾਂ ਦੇ ਵਿੱਚ ਜਿਵੇਂ ਆ ਗਈਆਂ ਆਪਣੀਆਂ ਮਤਲਬ ਆਪਣੀ ਡਾਇੰਗ ਇੰਡਸਟਰੀ ਆ, ਜਿਹੜੀ ਟੈਕਸਟਾਈਲ ਇੰਡਸਟਰੀ ਆ, ਉਹਦੇ ਵਿੱਚ ਜਿਹੜੀਆਂ ਰੰਗ ਵਰਤੇ ਜਾਂਦੇ ਆ, ਆਪਣੇ ਸ਼ੈਲਰਾਂ ਦੇ ਵਿੱਚ ਕੈਮੀਕਲ ਵਰਤੇ ਜਾਂਦੇ ਆ, ਆਪਣੀਆਂ ਕੀੜੇ ਮਾਰ ਦਵਾਈਆਂ ਹੋ ਗਈਆਂ, ਨਦੀਨ ਨਾਸ਼ਕ ਦਵਾਈਆਂ ਹੋ ਗਈਆਂ, ਏਦਾਂ ਹੀ ਜਿਹੜੀਆਂ ਆਪਣੀਆਂ ਮਨੁੱਖਾਂ ਤੇ ਜਾਨਵਰਾਂ ਖਾਤਰ ਵੀ ਜਿਹੜੀਆਂ ਦਵਾਈਆਂ ਵਰਤਦੇ, ਉਹਨਾਂ ਦੇ ਵਿੱਚ ਹਾਰਮੋਨਸ ਹੁੰਦੇ ਆ, ਆਪਾਂ ਮਤਲਬ ਜਾਨੀ ਅੱਜ ਕੱਲ ਬਹੁਤ ਐਡਵਾਂਸ ਹੋ ਗਈਆਂ, ਜਦੋਂ ਇਹ ਆਪਣੇ ਪਾਣੀ ਦੇ ਵਿੱਚ ਰਲ ਜਾਂਦੀਆਂ ਤਾਂ ਮਤਲਬ ਇਹਨਾਂ ਦੇ ਜਾਨੀ ਕਿ ਨਾ ਪਾਰਟਸ ਪਰ ਟ੍ਰਿਲੀਅਨ, ਜਾਨੀ ਕਿ 1,000 ਕਰੋੜ ਦੇ ਵਿੱਚ ਤੱਕ ਉਹਨਾਂ ਨੂੰ ਮਾਪਿਆ ਜਾਂਦਾ। ਮਤਲਬ ਆਪਣੇ ਪੰਜਾਬ ਤੇ ਇੰਡੀਆ ਵਿੱਚ ਤਾਂ ਫੈਸਿਲਿਟੀ ਹੈ ਨੀ, ਤੇ ਜਾਨੀ ਅਮੈਰੀਕਾ ਦੇ ਵਿੱਚ ਜੇ ਆਪਾਂ ਮਤਲਬ ਇਹਨਾਂ ਨੂੰ ਚੈੱਕ ਕਰਨਾ ਤਾਂ ਉਹ ਬਹੁਤ ਹੀ ਸਫਿਸਟੀਕੇਟਡ ਹੁੰਦਾ। ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿਵੇਂ ਅਸੀਂ ਆਪਾਂ ਇਹਦੀ ਟੈਸਟਿੰਗ ਦੀ ਫੈਸਿਲਿਟੀ ਦੀ ਗੱਲ ਕਰੀਏ, ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਆ ਜੀ, ਉਹ ਜਿਹੜੇ ਮੁੱਢਲੇ ਜਾਨੀ ਕਿ ਪੈਰਾਮੀਟਰ ਆ, ਜਿਵੇਂ ਪੀਐਚ ਹੋ ਗਈ ਜੀ, ਤੋਂ ਤੇਜ਼ਾਬੀ ਮਾਦੇ ਦਾ ਪਤਾ ਲੱਗਦਾ, ਈਸੀ ਹੋ ਜਾਂਦੀ ਹੈ, ਸਾਲਟ ਹੋ ਗਿਆ, ਏਦਾਂ ਹੀ ਜਿਹੜੇ TSS TDS ਤੇ TS ਹੁੰਦੇ ਆ, ਇਹ ਤੋਂ ਜਾਨੀ ਜਿਹੜੇ ਫਿਜ਼ੀਕਲ ਵੀ ਆਪਣਾ ਕਿੰਨਾ ਇਹਦੇ ਵਿੱਚ ਕੋਈ ਮਿਲੀ ਹੋਈ ਚੀਜ਼ ਆ, ਟੋਟਲ ਸੋਲਿਡਸ ਜਾਨੀ ਕਿ ਕਿਹਾ ਜਾਂਦਾ ਵੀ। ਤੇ ਇਸ ਤੋਂ ਬਾਅਦ ਉਹ BOD COD ਕਰਦੇ ਆ ਵੀ ਉਸ ਪੋਲਿਊਟੈਂਟ, ਜੇ ਪਾਣੀ ਪੋਲਿਊਟਡ ਆ ਤੇ ਉਹਨੂੰ ਸਾਫ ਕਰਨ ਲਈ ਕਿੰਨੀ ਆਕਸੀਜਨ ਦੀ ਮਾਤਰਾ ਲੱਗੀ, ਉਹਦੇ ਤੋਂ ਵੀ ਆਪਾਂ ਨੂੰ ਇੱਕ ਇੰਡੈਕਸ ਮਿਲ ਜਾਂਦਾ। ਪਰੰਤੂ ਜਿਹੜੇ ਇਹ ਮੈਂ ਕੈਮੀਕਲ ਪੋਲਿਊਟੈਂਟ ਦੱਸਿਆ, ਇਹਨਾਂ ਨੂੰ ਪਾਣੀ ਦੇ ਵਿੱਚ ਜਾਂਚਣ ਲਈ ਬਹੁਤ ਹੀ ਐਡਵਾਂਸਡ ਇੰਸਟਰੂਮੈਂਟ ਦੀ ਲੋੜ ਆ, ਤੇ ਕਈ ਤਾਂ ਇਦਾਂ ਦੇ ਪੋਲਿਊਟੈਂਟ ਜਿਹੜੀਆਂ ਅੱਜ ਕੱਲ ਦਵਾਈਆਂ ਵਰਤੀਆਂ ਜਾ ਰਹੀਆਂ ਜਾਂ ਜਿਹੜੇ ਇੰਡਸਟਰੀ ਚ ਕੈਮੀਕਲ ਵਰਤੇ ਜਾਂਦੇ ਆ, ਉਹਨਾਂ ਦੇ ਤਾਂ ਜਿਹੜੇ ਸਟੈਂਡਰਡ ਪ੍ਰੋਸੀਜਰ ਪ੍ਰੋਟੋਕਾਲ ਕੀ ਹੋਣੀ ਚਾਹੀਦੀ ਆ, ਉਹ ਆਪਣੇ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਕੋਲ ਵੀ ਹੈ ਨੀ, ਪੰਜਾਬ ਤਾਂ ਉਹ ਤੋਂ ਪਿੱਛੇ ਆਊਗਾ। ਫਿਰ ਤਾਂ ਡਾਕਟਰ ਸਾਹਿਬ ਇੱਕੋ ਹੀ ਗੱਲ ਆ ਗਈ ਕਿ ਗੱਲਾਂ ਯੂਰੇਨੀਅਮ ਦੇ ਖਾਤੇ ਚ ਪਾਤਾ ਸਾਰਾ ਕੁਝ, ਬਾਕੀ ਜਿਹੜੀਆਂ ਬਿਲਕੁਲ ਜੀ ਬਿਲਕੁਲ ਪਤਾ ਹੀ ਨਹੀਂ ਜੀ, ਬਿਲਕੁਲ ਮੈਂ ਉਹੀ ਗੱਲ ਕਰ ਰਿਹਾ ਵੀ ਇਹ ਪਹਿਲਾਂ ਵੀ ਜਦੋਂ ਨਾ ਇਹਦੇ ਵਿੱਚ ਮੈਂ ਮੈਨੂੰ ਕਹਿੰਦੇ ਜਾਨੀ ਕਿ ਸ਼ਰਮ ਵੀ ਆਉਂਦੀ ਆ, ਪਰ ਮੈਂ ਇਹ ਗੱਲ ਕਹਿਣੀ ਵੀ ਚਾਹੁੰਦਾ, ਜਿਵੇਂ ਆਪਣੇ ਪੰਜਾਬ ਦੇ ਵਿੱਚ ਇਹ ਆਪਾਂ ਮੋਟੀ ਗੱਲ ਕਰਦੇ ਹਾਂ ਵੀ ਜਿਹੜਾ ਕੈਂਸਰ ਆ ਇਹ ਜਾਂ ਇਹ ਜਿਹੜੀਆਂ ਬਿਮਾਰੀਆਂ ਦੀ ਬਹੁਤਾਤ ਆ, ਇਹ ਨਰਮਾ ਪੱਟੀ ਦੇ ਵਿੱਚ ਜ਼ਿਆਦੇ ਆ, ਕਾਟਨ ਬੈਲਟ ਬਿਨਾਂ ਸ਼ੱਕ ਹੈ ਨਾ ਜੀ। ਸੋ ਉਸ ਕਾਟਨ ਬੈਲਟ ਦੇ ਵਿੱਚ ਇੱਕ ਸਭ ਤੋਂ ਪ੍ਰਤੱਖ ਆਪਾਂ ਨੂੰ ਚੀਜ਼ ਦਿਖਦੀ ਵੀ ਉੱਥੇ ਆਪਣੀਆਂ ਨਦੀਨ ਨਾਸ਼ਕ ਦਵਾਈਆਂ ਦੀ ਵਰਤੋਂ ਬਹੁਤ ਕੀਤੀ ਗਈ। ਆਪਣੇ ਰੋਟੀ ਨਾਲ ਜਾਂ ਆਪਾਂ ਪੀ ਲਈ ਵੀ ਦਵਾਈ ਪੀ ਕੇ ਬੰਦੇ ਜਾਨੀ ਕਿ ਸੁਇਸਾਈਡ ਕਰਦੇ ਵੀ ਉਸੇ ਨਾਲ, ਇਹ ਆਪਾਂ ਜਦੋਂ ਉੱਥੇ ਖੇਤ ਦੇ ਵਿੱਚ ਕੰਮ ਕਰਦੇ ਹਾਂ ਤਾਂ ਆਪਣੀ ਸਕਿਨ ਦੇ ਵਿੱਚੋਂ, ਕਿਉਂਕਿ ਜਦੋਂ ਕੀੜੇ ਨੂੰ ਮਾਰਦੇ ਆ, ਇਹ ਕੀੜੇ ਨੂੰ ਕਿਵੇਂ ਮਾਰਦੇ ਆ, ਕੀੜਾ ਖਾਂਦਾ ਨੀ, ਉਹਦੀ ਚਮੜੀ ਤੇ ਡਿੱਗਦੇ ਆ, ਉਹ ਚਮੜੀ ਦੇ ਵਿੱਚੋਂ ਇਹ ਅਬਜ਼ੋਰਬ ਹੋ ਜਾਂਦੇ ਆ ਤੇ ਕੀੜੇ ਦੀ ਮੌਤ ਹੋ ਜਾਂਦੀ ਆ, ਤੇ ਉਹ ਓਦਾਂ ਹੀ ਇਹ ਆਪਣੇ ਸਰੀਰ ਦੇ ਵਿੱਚ ਵੀ, ਜਿਵੇਂ ਹੁਣ ਆਪਾਂ ਮੈਂ ਸਪਰੇ ਕਰਨ ਲੱਗ ਗਿਆ, ਮੈਂ ਖੇਤ ਦੇ ਵਿੱਚ ਨੰਗੇ ਪੈਰੀਂ ਚੱਲੂਗਾ, ਵੱਧ ਤੋਂ ਵੱਧ ਚੱਪਲ ਪਾ ਲੂੰਗਾ, ਸੋ ਮੇਰੇ ਪੈਰਾਂ ਦੇ ਵਿੱਚੋਂ ਵੀ ਜਾਊਗੀ, ਮੈਂ ਹੱਥਾਂ ਦੇ ਨਾਲ ਕਰ ਰਿਹਾ, ਮੇਰੇ ਹੱਥਾਂ ਚੋਂ ਵੀ ਜਾਊਗੀ, ਮੇਰੇ ਸਾਹ ਨਾਲ ਵੀ ਜਾਊਗੀ, ਤੇ ਉਹ ਜਿਹੜੀ ਉਹ ਜ਼ਮੀਨ ਦੇ ਵਿੱਚ ਜਿਵੇਂ ਹੁਣ 25-25 ਸਪਰੇਆਂ ਕਰਦੇ ਸੀਗੇ, ਉਹ ਫਿਰ ਜ਼ਮੀਨ ਦੇ ਵਿੱਚ ਵੀ ਪਈਆਂ ਰਹਿੰਦੀਆਂ, ਉਹ ਫਿਰ ਜ਼ਮੀਨ ਦੇ ਵਿੱਚ ਜਦੋਂ ਮੀਂਹ ਪੈਂਦਾ ਜਾਂ ਪਾਣੀ ਲੱਗਦਾ, ਉਹ ਫਿਰ ਪਾਣੀ ਜਿੱਥੋਂ ਚੱਲਦਾ ਉਹ ਆਪਣੇ ਪੀਣ ਵਾਲੇ ਪਾਣੀ ਨਾਲ, ਜਾਂ ਉਹ ਜਿੱਥੇ ਆਪਾਂ ਸਬਜ਼ੀਆਂ ਬੀਜੀਆਂ ਹੋਈਆਂ ਜਾਂ ਦਾਲਾਂ ਜਿਹੜੀਆਂ ਆਪਾਂ ਵਰਤੋਂ ਕਰਦੇ ਹਾਂ, ਪਿਆਜ਼ ਲਾਏ ਹੋਏ ਆ, ਜਦੋਂ ਉਹ ਖੇਤ ਦੇ ਵਿੱਚ ਵੀ ਚਲੇ ਜਾਂਦਾ ਤਾਂ ਆਪਣੇ ਭੋਜਨ ਰਾਹੀਂ ਵੀ ਚਲਿਆ ਜਾਂਦਾ। ਸੋ ਮਤਲਬ ਇਸ ਦੇ ਵਿੱਚ ਨਾ ਜਾਨੀ ਬਹੁਤ ਵੱਡਾ ਇਹ ਪੰਜਾਬ ਦੇ ਨਾਲ ਧੋਖਾ ਕੀਤਾ ਗਿਆ। ਮੈਂ ਜਾਨੀ ਜਿਹੜਾ ਹਰਾ ਇਨਕਲਾਬ ਆ ਨਾ, ਮਤਲਬ ਇਹਨੇ 2-3 ਨੁਕਸਾਨ ਬਹੁਤ ਕੀਤੇ ਆ। ਇੱਕ ਤਾਂ ਜਿਹੜਾ ਪਾਣੀ ਆ ਆਪਣਾ, ਵੀ ਉਹਦੀ ਕੁਆਂਟਿਟੀ ਜਿੱਕਣਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਪਾਣੀ ਦਾ ਪੱਧਰ ਕਿੱਥੋਂ ਕਿੱਥੇ ਚਲਿਆ ਗਿਆ,
ਬਿਲਕੁਲ ਸੋ ਮੈਂ ਇੱਥੇ ਜਾਨੀ ਕਿਸੇ ਵੀ ਮੀਟਿੰਗ ਦੇ ਵਿੱਚ ਹੁੰਦਾ, ਮੈਂ ਗੱਲ ਕਰਦਾ, ਮੈਂ ਉੱਥੇ ਉਹਨਾਂ ਨੂੰ ਸੁਣਾਉਂਦਾ ਹੁੰਦਾ ਵੀ ਜਦੋਂ ਮੈਂ ਬੱਚਾ ਸੀਗਾ ਸਾਡੇ ਬੋਰ ਕਰਾਇਆ ਗਿਆ ਤਾਂ ਉਦੋਂ 7-8-10 ਫੁੱਟ ਦੇ ਪਾਣੀ ਦਾ ਪੱਧਰ ਸੀਗਾ, ਤੇ ਜਿਹੜਾ ਹੁਣ ਜੀ 200 ਫੁੱਟ ਵੱਗ ਗਿਆ ਹੋਇਆ, ਤੇ ਉਹ ਸਾਰੇ ਗੋਰੇ ਬੜੇ ਹੈਰਾਨ ਹੋਣ ਕੇ ਕਹਿੰਦੇ ਮਤਲਬ ਇੱਦਾਂ ਵੀ ਹੋ ਜਾਂਦਾ ਹੁੰਦਾ। ਤੋ ਆਪਾਂ ਨੂੰ ਹੁਣ ਇਹ ਚੀਜ਼ ਵੱਡੀ ਨਹੀਂ ਲੱਗਦੀ ਕਿਉਂਕਿ ਆਪਾਂ ਨੇ ਮਤਲਬ ਇਹਨੂੰ ਮੰਨ ਲਿਆ, ਆਪਣੀ ਭਾਣਾ ਮੰਨ ਲਿਆ ਹੋਇਆ। ਤੇ ਜੀ ਇੱਦਾਂ ਹੀ ਜਿਹੜੀ ਦੂਸਰੀ ਗੱਲ ਆ ਵੀ ਇੱਦਾਂ ਹੀ ਆਪਣਾ ਜਿਹੜਾ ਪਾਣੀ ਦਾ ਜਿਹੜਾ ਕੁਆਲਿਟੀ ਆ, ਜਿਹੜੇ ਪੋਲਿਊਟੈਂਟ ਆ, ਪਿਛਲੇ 25-30 ਸਾਲ ਤੋਂ ਇਹ ਯੂਨੀਵਰਸਿਟੀ ਵੱਲੋਂ ਨਰਮੇ ਖਾਤਰ ਹਰ ਵਾਰੀ ਕੋਈ ਨਵਾਂ ਸਾਲਟ ਰਿਕਮੈਂਡ ਕਰਤਾ ਜਾਂਦਾ ਸੀਗਾ ਤੇ ਉਹਦੀ ਅੰਧਾਧੁੰਦ ਵਰਤੋਂ ਹੁੰਦੀ ਸੀ। ਇੱਥੇ ਮੈਨੂੰ ਇੱਕ ਗੱਲ ਕਹਿਣ 'ਚ ਮੈਨੂੰ ਕੋਈ ਸ਼ਰਮ ਨਹੀਂ ਆਊਗੀ ਵੀ ਇਹ ਜਿਹੜੀ ਕੀਟ ਆਪਣੀਆਂ ਬਿਮਾਰੀਆਂ ਨਰਮੇ ਦੀਆਂ ਆਈਆਂ ਸਾਰੀਆਂ ਬਹੁਤੀਆਂ ਅਕਾਲੀ ਦਲ ਸਰਕਾਰ ਵੇਲੇ ਹੀ ਆਈਆਂ ਜੀ। ਤੇ ਇਹ ਮਤਲਬ ਜਿਹੜੀ ਮਿਲੀ ਬੱਗ ਹੋ ਗਈ, ਆਪਣਾ ਅਮਰੀਕਨ ਸੁੰਡੀ ਹੋ ਉਹਦਾ ਗਈ ਕਾਰਨ ਆਪਣੀ, ਕਾਰਨ ਕੀ ਹੈ ਡਾਕਟਰ ਸਾਹਿਬ, ਇਹ ਵੀ ਦੱਸੋਗੇ? ਹਾਂਜੀ, ਮੈਂ ਉਹੀ ਆਉਣ ਲੱਗਿਆ ਸੀ ਵੀ ਇਹ ਅਕਾਲੀ ਸਰਕਾਰ ਵੇਲੇ ਆਉਣ ਦਾ ਕਾਰਨ ਕੀ ਆ, ਕਿਉਂਕਿ ਉਸ ਟਾਈਮ ਤੇ ਇਹਨਾਂ ਨੇ ਨਾ ਮਤਲਬ ਜਾਨੀ ਕਿ ਕਰਪਸ਼ਨ ਪੀਕ ਤੇ ਹੋਣ ਕਰਕੇ ਜਿੰਨੀਆਂ ਵੀ ਦਵਾਈਆਂ ਵੇਚੀਆਂ ਗਈਆਂ ਉਹਨਾਂ ਦੀ ਕੁਆਲਿਟੀ ਪੂਰੀ ਨਹੀਂ ਸੀ। ਜਦੋਂ ਆਪਾਂ ਮਤਲਬ ਜਿਵੇਂ ਆਪਾਂ ਆਪਣਾ ਹੀ ਲੈ ਜਾਈਏ, ਆਪਾਂ ਨੂੰ ਜੇ ਬੁਖਾਰ ਚੜਾ ਹੋਵੇ, ਡਾਕਟਰ ਨੇ ਆਪਾਂ ਨੂੰ ਇੱਕ ਚਮਚਾ ਪੂਰਾ ਭਰ ਕੇ 3 ਵਾਰੀ ਲੈਣ ਨੂੰ ਡਾਕਟਰ ਨੇ ਕਿਹਾ ਹੋਵੇ ਤਾਂ ਆਪਣਾ ਬੁਖਾਰ ਉਤਰੂਗਾ। ਜੇ ਆਪਾਂ ਉਹੀ ਅੱਧਾ ਚਮਚਾ 3 ਵਾਰੀ ਜਾਂ 2 ਵਾਰੀ ਲੈ ਲਈਏ ਤਾਂ ਆਪਣਾ ਬੁਖਾਰ ਉਤਰਨਾ ਨਹੀਂ, ਤੇ ਫਿਰ ਆਪਾਂ ਨੂੰ ਹੋਰ ਜਿਹੜੀ ਸਰੀਰ ਜ਼ਿਆਦਾ ਡਾਊਨ ਹੋ ਜਾਣਾ। ਤੇ ਏਦਾਂ ਹੀ ਉਹ ਜਿਹੜੀ ਕੀੜਿਆਂ ਤੇ ਜਦੋਂ ਉਹ ਮਾੜੀਆਂ ਅਡਲਟਰੇਟਡ ਸਪੂਰੀਅਸ ਜਿਨ੍ਹਾਂ ਨੂੰ ਮਤਲਬ ਉਹ ਦਵਾਈਆਂ ਛਿੜਕੀਆਂ ਜਾਂਦੀਆਂ ਸੀ, ਉਹਦੇ ਨਾਲ ਕੀੜੇ ਆਦਮ ਹੋਏ ਜੇ ਤਾਂ ਹੋ ਜਾਂਦੇ ਸੀ, ਪਰ ਜਿਹੜੇ ਬਚ ਜਾਂਦੇ ਸੀ ਉਹ ਹੋਰ ਤਕੜੇ ਹੋ ਕੇ ਆ ਜਾਂਦੇ ਸੀ। ਇੱਥੇ ਹੀ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਵੀ ਜਿਵੇਂ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਰਿਸਰਚ ਕੀਤੀ ਜਾਂਦੀ ਹੈ ਨਾ, ਉਹ ਇਹ ਦੇਖਿਆ ਜਾਂਦਾ ਵੀ ਉਹਨਾਂ ਦੀ ਰੈਜ਼ਿਸਟੈਂਸ ਕਿੰਨੀ ਕੁ ਆ ਗਈ। ਜਦੋਂ ਰੈਜ਼ਿਸਟੈਂਸ ਚੈੱਕ ਕਰਦੇ ਆ ਨਾ, ਉਹਨਾਂ ਨੇ ਸ਼ੁਰੂ ਤੋਂ ਜਾਨੀ ਕਿ 20 ਸਾਲ ਪਹਿਲਾਂ ਤੋਂ ਇੱਕ ਕਲੋਨੀਆ ਉਹ ਕੀੜਿਆਂ ਦੀ ਜਾਨੀ ਇੱਕ ਪ੍ਰਜਾਤੀ ਉਹ ਜਨਰੇਸ਼ਨ ਸਾਂਭ ਕੇ ਰੱਖੀ ਹੁੰਦੀ ਹੈ ਜਿਹਨੂੰ ਕੋਈ ਵੀ ਦਵਾਈ ਨਹੀਂ ਅਸਰ ਕੀਤਾ ਗਿਆ, ਉਹਦੇ ਸਪਰੇ ਨਹੀਂ ਕੀਤੀ ਗਈ, ਫਿਰ ਉਹਦੇ ਨਾਲ ਕੰਪੇਅਰ ਕਰਦੇ ਆ। ਤੇ ਆਪਣੇ ਪੰਜਾਬ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ 'ਚ ਇੱਦਾਂ ਦੀ ਕੋਈ ਵੀ ਉਹ ਕਲੋਨੀਆ ਸਾਂਭ ਕੇ ਨਹੀਂ ਰੱਖੀਆਂ ਗਈਆਂ, ਉਹ ਜਿਹੜੀ ਮਤਲਬ ਤਾਂ ਕਿ ਅਸਲੀ ਰੈਜ਼ਿਸਟੈਂਸ ਕਿੰਨੀ ਆਈ ਆ ਉਹਦਾ ਪਤਾ ਲੱਗ ਸਕੇ, ਉਹ ਪਹਿਲਾਂ ਹੀ ਆਪਾਂ ਮਤਲਬ ਜਾਨੀ ਕਿ। ਅੱਛਾ, ਦੂਸਰੀ ਇਹਦੇ ਨਾਲ ਗੱਲ ਹੋਈ ਵੀ ਇਹ ਜਦੋਂ ਆਪਣੇ, ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਰਿਹਾ ਵੀ ਇਹਨੂੰ ਟੈਸਟਿੰਗ ਖਾਤਰ ਬਹੁਤ ਹੀ ਸੂਖਮ ਤੱਤ ਆਪਣੇ ਯੰਤਰਾਂ ਦੀ ਲੋੜ ਪੈਂਦੀ ਆ, ਜੀ ਤੇ ਜਿਹੜਾ ਉਹ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਜਿਹੜਾ ਨਾਰਮਲ ਟੈਸਟਿੰਗ ਕਰਦਾ ਉਹਦੇ ਵਿੱਚ ਕਿਤੇ ਨਹੀਂ ਆਉਂਦੇ। ਤੇ ਖੇਤੀਬਾੜੀ ਇੱਕ ਡਾਕਟਰ ਸਾਹਿਬ ਯੂਨੀਵਰਸਿਟੀ ਦਾ ਕੀ, ਇੱਥੇ ਗੱਲ ਹੋਰ ਵੀ ਜਿਹੜੀ ਮੇਰੇ ਚੇਤੇ ਚ ਆ ਗਈ ਕਿ ਜਦੋਂ ਕਿਸਾਨ ਵੀ ਇਹ ਸਪਰੇ ਲੈਣ ਜਾਂਦੇ ਆ, ਉਹਨਾਂ ਨੇ ਕਿਹੜਾ ਖੇਤੀਬਾੜੀ ਤੋਂ ਪੁੱਛ ਕੇ ਲੈਣੀ ਹੁੰਦੀ ਹੈ? ਕੀ ਕਹਿਣਾ ਹੁਣ ਥੋੜੇ ਬਹੁਤ ਆ ਜਾਂਦੇ, ਜਾਂ ਤਾਂ ਕੰਪਨੀ ਵਾਲੇ ਵੀ ਗੁਰੂ ਘਰਾਂ ਚ ਆ ਕੇ ਕਹਿੰਦੇ ਵੀ ਡਾਕਟਰ ਆਏ ਆ, ਗੁਰਦੁਆਰੇ ਵਾਲਿਆਂ ਨੂੰ ਵੀ ਨਹੀਂ ਪਤਾ, ਉਹਨਾਂ ਨੇ 20 ਰੁਪਏ ਲੈਣੇ ਆ ਅਨਾਉਂਸਮੈਂਟ ਕਰਨ ਦੇ ਵੀ ਕੌਣ ਆਇਆ ਕਿਵੇਂ ਆਇਆ, ਉਹ ਉੱਥੇ ਬੋਲ ਗਏ, ਉਹੀ ਆਪਦਾ ਪ੍ਰਚਾਰ ਕਰਕੇ ਕਿ ਆਹ ਦਵਾਈ ਆ ਭਾਈ ਜੀ ਇੰਨੀ ਪਾਉਣੀ ਆ। ਫਿਰ ਜਦੋਂ ਇਦੋਂ ਪਹਿਲਾਂ ਦੀਆਂ ਗੱਲਾਂ ਕਰ ਲਈਆਂ ਥੋੜੀਆਂ, ਜਾਂ ਤਾਂ ਆੜ੍ਹਤੀਆਂ ਕੋਲੇ ਜਾਂਦੇ ਸੀ, ਆੜ੍ਹਤੀਏ ਆ ਜਿਹੜੇ ਉਹ ਦੁਕਾਨਦਾਰ ਤਾਂ ਵਧੀਆ ਹੋ ਸਕਦੇ ਆ, ਪਰ ਉੱਥੇ ਕੀ ਹੁੰਦਾ ਸੀ ਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਦਵਾਈ ਕਿਹੜੀ ਪਾਉਣੀ ਹੈ, ਕਿੰਨੀ ਪਾਉਣੀ ਹੈ। ਉਹਨਾਂ ਨੇ ਜਿਹੜੀ ਉਹਨਾਂ ਕੋਲੇ ਆਈ ਆ, ਉਹਨਾਂ ਨੂੰ ਪਤਾ ਕਿ ਆ ਬਾਹਰ ਵਾਲੀ ਤੋਂ ਥੋੜੇ ਪੈਸੇ ਘੱਟ ਵੱਜਦੇ ਆ, ਦੇਸੀ ਕਿਸੇ ਹੋਰ ਤੋਂ ਵੱਧ ਵੱਜਦੇ ਆ, ਉਹ ਦੇ ਦਿੰਦੇ ਸੀ। ਤੇ ਮਿਲੀ ਭਗ ਦੇ ਮਾਮਲੇ 'ਚ ਮੈਂ ਇੱਕ ਗੱਲ, ਬੇਸ਼ੱਕ ਲੰਬੀ ਹੁੰਦੀ ਆ, ਮੈਂ ਇੱਥੇ ਨਿਬੇੜਦਾ ਕਿ ਸਾਡੇ ਨਾਲ ਦੇ ਪਿੰਡ ਮਿਲੀ ਭਗ ਦਾ ਕੇਸ ਆਇਆ ਸੀ, 60 ਰੁਪਏ ਦੇ ਵਿੱਚ ਉਹ ਮੇਰੀਆਂ ਖਿੱਚੀਆਂ ਫੋਟੋਆਂ ਛਾਪੀਆਂ ਵੀ ਸੀ, ਜਦੋਂ ਬਹੁਤ ਜ਼ਿਆਦਾ ਰੌਲਾ ਪਿਆ ਸੀ। ਉੱਤੇ ਕੋਈ ਸੀਗਾ ਮਤਲਬ ਗਰੀਬ ਤਬਕੇ ਦੇ ਨਾਲ ਸੰਬੰਧਿਤ ਬੰਦਾ ਜਿਹੜੇ ਦਾ ਖੇਤੀ ਦੇ ਨਾਲ ਸਿੱਧਾ ਸੰਬੰਧ ਨਹੀਂ ਸੀ। ਮੈਂ ਉੱਥੇ ਕਿਸੇ ਨੂੰ ਪੁੱਛਿਆ ਮੈਂ ਕਿੱਥੇ ਗਿਆ, ਕਹਿੰਦੇ ਜੀ ਭੁੱਚੋ ਗਿਆ। ਚਲੋ ਖੜੇ 15-20 ਮਿੰਟਾਂ ਬੰਦਾ ਆ ਗਿਆ, ਮੈਂ ਬਾਈ ਜੀ ਸਪਰੇ ਕਿਹੜੀ ਲਿਆਂਦੀ ਹੈ? ਕਹਿੰਦਾ ਜੀ ਇਹ 8,000 ਦੀ ਕਿੱਲੇ ਦੀ ਪੈਂਦੀ ਹੈ। ਉਹਨੂੰ ਉਹ ਦਿੱਤੀ, ਮਤਲਬ ਮਹਿੰਗੀਆਂ ਜ਼ਰੂਰ ਵੇਚੀ ਜਾਂਦੇ ਆ, ਐਂ ਨਹੀਂ ਦੱਸਦੇ ਕਿ ਇਹਦਾ ਅਸਰਾ ਹੈ। ਤੇ ਸਾਡੇ ਕਿਸਾਨਾਂ ਦੇ ਕੋਲੇ ਵੀ ਇੰਨੀ ਵਿਹਲ ਨਹੀਂ, ਅਸੀਂ ਹੋਰਾਂ ਚੀਜ਼ਾਂ ਤੇ ਤਾਂ ਲੱਗ ਜਾਂਦੇ ਹਾਂ, ਲੜੀ ਖੇਤਾਂ 'ਚ ਵੀ ਜਾਂਦੇ ਹਾਂ ਯਾਰ, ਭਗਵੰਤ ਮਾਨ ਚੰਗਾ ਤੇ ਫਲਾਣਾ ਮਾੜਾ ਜਾਂ ਹੋਰ, ਅਸੀਂ ਰਾਜਨੀਤੀ ਦੀ ਵੀ ਸਮਝ ਤਾਂ ਨਹੀਂ ਰੱਖਦੇ, ਰਾਜਨੀਤਿਕ ਮੁੱਦਿਆਂ ਤੇ ਲੜਦੇ ਜ਼ਰੂਰ ਹਾਂ, ਪਰ ਜਿਹੜੀ ਗੱਲ ਹੈ ਸਾਡੀਆਂ ਫਸਲਾਂ ਤੇ ਨਸਲਾਂ ਬਚਾਉਣ ਦੀ, ਉਧਰ ਸੋਚ ਨਹੀਂ ਰਹੇ। ਜੀ ਸੁਖਨਾਥ ਜੀ, ਤੁਸੀਂ ਬੜੀ ਵਧੀਆ ਗੱਲ ਕੀਤੀ। ਦੇਖੋ ਪਿਛਲੇ ਹਫਤੇ ਨਾ ਜਾਨੀ ਕਿ ਆਪਣੀਆਂ ਦੋ ਪੰਜਾਬ ਦੀਆਂ ਵੱਡੀਆਂ ਜਥੇਬੰਦੀਆਂ ਨੇ, ਆਪਣੀ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ, ਉਹਨਾਂ ਨੇ ਇੱਕ ਹਫਤਾ ਮਨਾਇਆ ਜਿਹਦੇ ਵਿੱਚ ਉਹਨਾਂ ਨੇ ਫੈਕਟਰੀਆਂ ਤੇ ਆਪਣੇ ਬੁੱਢੇ ਨਾਲੇ ਤੇ ਹੋਰ ਜਿੱਥੇ ਵੀ ਮੇਨ ਪ੍ਰਦੂਸ਼ਣ ਕਰਨ ਵਾਲੀਆਂ ਇਕਾਈਆਂ ਸੀਗੀਆਂ ਉੱਥੇ ਉਹਨਾਂ ਨੇ ਧਰਨੇ ਲਾਏ। ਤੇ ਪਰੰਤੂ ਮੈਨੂੰ ਜਾਨੀ ਕਿ ਨਾ ਦੇਖ ਕੇ ਬਹੁਤ ਮੈਂ ਦੁਖੀ ਵੀ ਹੋਇਆ ਵੀ ਇਹ ਇਕੱਲੇ ਕਿਸਾਨਾਂ ਦਾ ਮਸਲਾ ਨਹੀਂ ਹੈ, ਇਹ ਪੰਜਾਬੀਆਂ ਦਾ ਮਸਲਾ ਹੈ। ਪਾਣੀ ਆ ਜਿਹੜਾ ਉਹ ਤੁਸੀਂ ਵੀ ਪੀਣਾ, ਮੈਂ ਵੀ ਪੀਣਾ, ਪੁਲਿਸ ਦੇ ਸਿਪਾਹੀ ਤੋਂ ਲੈ ਕੇ DIG ਤੱਕ ਨੇ ਵੀ ਪੀਣਾ, ਮਾਸਟਰ ਨੇ ਵੀ ਪੀਣਾ, ਦੁਕਾਨਦਾਰ ਨੇ ਵੀ ਪੀਣਾ ਤੇ ਫੈਕਟਰੀ ਦੇ ਮਾਲਕ ਨੇ ਵੀ ਪੀਣਾ ਤੇ ਉਹਨਾਂ ਸਾਰਿਆਂ ਨੇ ਰੋਟੀ ਵੀ ਖਾਣੀ ਆ। ਇੱਥੇ ਸੁਖਨੈਬ ਜੀ ਇੱਕ ਜਿਹੜੀ ਵੱਡੀ ਗੱਲ ਮੈਂ ਨਾਲ ਜੋੜ ਕੇ ਕਹਿੰਦਾ ਵੀ ਇਕੱਲਾ ਪਾਣੀ ਨਹੀਂ ਪਲੀਤ ਹੋਇਆ, ਜਿੱਥੇ ਜਿੱਥੇ ਵੀ ਇਹ ਆਪਣਾ ਇਹ ਪੋਲਿਊਟੈਂਟ ਵਾਲਾ ਪਾਣੀ ਜਿਹੜੀ ਜਿਹੜਾ ਦੂਸ਼ਿਤ ਪਾਣੀ ਆ ਉਹ ਜ਼ਮੀਨ ਨੂੰ ਲੱਗ ਜਾਂਦਾ, ਉਹ ਜ਼ਮੀਨ ਪੋਲਿਊਟ ਹੋ ਜਾਂਦੀ ਆ ਤੇ ਉਹ ਜਿਹੜੇ ਪੋਲਿਊਟੈਂਟ ਆ ਉਸ ਜ਼ਮੀਨ
ਤੇ ਜਿਹੜੀ ਮਤਲਬ ਜੇ ਇੱਥੇ ਬਾਹਰਲੇ ਮੁਲਕ ਦੇ ਵਿੱਚ ਗੱਲ ਕੀਤੀ ਜਾਵੇ, ਜਿਵੇਂ ਗੈਸ ਸਟੇਸ਼ਨ ਤੇ ਇੱਥੇ ਜੇ ਕਿਸੇ ਦਾ ਤੇਲ ਲੀਕ ਹੋ ਗਿਆ ਤਾਂ ਉਹ ਸਾਰੀ ਮਿੱਟੀ ਦੀ ਮਿੱਟੀ ਚਕਾ ਕੇ ਉਹਨੂੰ ਡਿਸਪੋਜ਼ ਆਫ ਕਰਦੇ ਆ। ਹੁਣ ਜਿਵੇਂ ਜੇ ਆਪਾਂ ਗੱਲ ਕਰੀਏ ਤਾਂ ਆਪਣੀ ਪੰਜਾਬ ਦੀ ਉੱਪਰਲੀ ਜਿਹੜੀ ਸਾਰੀ ਤਾਂ ਹੀ ਲਗਭਗ ਜਿਹੜੀ ਮਾਲਵੇ ਦੇ ਵਿੱਚ ਉਹ ਇਹਨਾਂ ਪੈਸਟੀਸਾਈਡਸ ਨਾਲ ਭਰੀ ਪਈ ਆ, ਤੇ ਜੇ ਉਹਨੂੰ ਆਪਾਂ ਅਮਿਲੀਓਰੇਟ ਨਹੀਂ ਕਰ ਸਕਦੇ। ਜਿਵੇਂ ਤੁਸੀਂ ਇਹ ਗੱਲ ਕੀਤੀ ਵੀ ਦਵਾਈਆਂ ਕਿਸਾਨਾਂ ਨੂੰ ਪਤਾ ਨਹੀਂ ਹੈ, ਉਹ ਆੜਤੀ ਦੇ ਕਹੇ ਤੇ ਜਾਂ ਪੈਸੇ ਦੇਖ ਕੇ ਜਾਂ ਗੁਆਂਢੀ ਨੂੰ ਦੇਖ ਕੇ ਲੈ ਆਉਂਦੇ ਆ, ਹੈਨਾ। ਤੇ ਉਹਦੇ ਵਿੱਚ ਜਾਨੀ ਕਿ ਨਾ ਮਤਲਬ ਸਰਕਾਰ ਦੀ ਜ਼ਿੰਮੇਵਾਰੀ ਕੀ ਆ? ਹੁਣ ਜਿਵੇਂ ਇੱਥੇ ਆ, ਮਤਲਬ ਪਹਿਲਾਂ ਤਾਂ ਵੀ ਉਹ ਜਦੋਂ ਵੀ ਕੋਈ ਦਵਾਈ ਰਿਲੀਜ਼ ਹੋਣੀ ਆ ਉਹਦੇ ਵਿੱਚ ਜਾਨੀ ਕਿ ਇਹ ਹੁੰਦਾ ਵੀ ਇਹ ਦਵਾਈ ਦਾ ਉਹਦੇ ਉੱਪਰ ਸਾਰੇ ਲਿਖੇ ਹੋਏ ਹੋਣੇ ਚਾਹੀਦੇ ਆ। ਪਹਿਲਾਂ ਤਾਂ ਟੈਸਟਿੰਗ ਹੀ ਆਪਣੇ ਪ੍ਰੋਪਰ ਨਹੀਂ ਹੈ, ਮਤਲਬ ਵੀ ਉਹਦੇ ਵਿੱਚ ਆਪਾਂ ਇਹ ਤਾਂ ਦੇਖ ਲੈਂਦੇ ਕਿੰਨੇ ਕੀੜੇ ਮਾਰ ਲਏ, ਪਰੰਤੂ ਉੱਥੇ ਜਦੋਂ ਟੈਸਟਿੰਗ ਕਰਦੇ ਉਹ ਇਹ ਨਹੀਂ ਦੇਖਦੇ ਵੀ ਇਹਦਾ ਵਾਤਾਵਰਣ ਤੇ ਉੱਥੇ ਦੇ ਮਨੁੱਖਾਂ ਤੇ ਉੱਥੇ ਦੇ ਜਾਨਵਰਾਂ ਤੇ ਪੰਛੀਆਂ ਤੇ ਕੀ ਫਰਕ ਪਊਗਾ। ਕਿਸੇ ਵੀ ਦਵਾਈ ਦੇ ਟੈਸਟਿੰਗ ਦੇ ਵਿੱਚ ਇਹ ਹਿੱਸਾ ਹੀ ਨਹੀਂ ਹੈ। ਦੂਸਰੀ ਗੱਲ, ਜਦੋਂ ਉਹ ਦਵਾਈ ਰਿਕਮੈਂਡ ਕਰਤੀ, ਚਲੋ ਮੰਨ ਲਿਆ ਆਪਾਂ ਨੇ, ਤਾਂ ਉਹਨੂੰ ਵਰਤਣ ਦੇ ਵੀ ਢੰਗ ਤੇ ਤਰੀਕੇ ਹੁੰਦੇ ਆ, ਵੀ ਉਹਨੂੰ ਹਰੇਕ ਦਵਾਈ ਦਾ ਅੱਡ ਅੱਡ ਪ੍ਰੋਟੋਕਾਲ ਹੁੰਦੀ ਆ। ਹੁਣ ਜਿਵੇਂ ਮਤਲਬ ਇਹ ਦੇਖਿਆ ਜਾਣਾ ਚਾਹੀਦਾ ਵੀ ਆਪਾਂ ਜੇ ਇੱਕ ਸਟਰੋਂਗ ਦਵਾਈ ਦੇਤੀ, ਜਿਵੇਂ ਆਪਾਂ ਆਪਣੇ ਮਨੁੱਖ ਦੇ ਆਪਣਾ ਇਲਾਜ ਖਾਤਰ ਜੇ ਡਾਕਟਰ ਨੇ ਇੱਕ ਸਿਰੇ ਦੀ ਦਵਾਈ ਦੇਤੀ ਤਾਂ ਛੋਟੀਆਂ ਦਵਾਈਆਂ ਜਾਂ ਹੋਰ ਉਹਦੀ ਮੈਂ ਦੱਸੂਗਾ ਵੀ ਇਹ 3 ਡੋਜ਼ ਹੀ ਲੈਣੀ ਆ, ਤੀਜੀ ਤੋਂ ਬਾਅਦ ਚੌਥੀ ਨਹੀਂ ਲੈਣੀ, ਤੇਰੇ ਸਰੀਰ ਤੇ ਮਾੜਾ ਅਸਰ ਪੈ ਸਕਦਾ। ਤੇ ਏਦਾਂ ਇਹ ਨਾ ਪੈਸਟੀਸਾਈਡ ਬਾਰੇ ਆਪਣੇ ਕੋਈ ਵੀ ਇਸ ਪਾਸੇ ਨੂੰ ਧਿਆਨ ਨਹੀਂ ਦਿੰਦਾ। ਸੋ ਮਤਲਬ ਜਿਹੜੀ ਮੋਨੀਟਰਿੰਗ ਆ, ਅੱਛਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸਪਰੇਅ ਕਰਨ ਦੇ ਢੰਗ, ਵੀ ਉਹ ਕਿੰਨੀਆਂ ਸਪਰੇਆਂ ਕਰਨੀਆਂ, ਵੱਧ ਤੋਂ ਵੱਧ ਕਿੰਨੀ ਲਿਮਿਟ ਤੱਕ ਜਾਣਾ। ਹਾਂਜੀ, ਸਪਰੇਅ ਕਰਨੀ ਵੀ ਕਦੋਂ, ਇਹ ਵੀ ਲਾਜ਼ਮੀ ਆ ਨਾ? ਹਾਂ, ਮੈਂ ਉਹੀ ਗੱਲ ਕਰਦਾ ਨਾ ਵੀ ਉਹ ਕਿਹੜੀ ਸਟੇਜ ਤੇ ਕਰਨੀ ਆ। ਸੋ ਜਿਹੜਾ ਦਵਾਈ ਵੇਚਣ ਤੋਂ ਬਾਅਦ ਜਿਹੜਾ ਅਗਲਾ ਕੰਮ ਆ ਉਹਨੂੰ ਮੋਨੀਟਰ ਕਰਨ ਦਾ ਜਾਂ ਉਹਨੂੰ ਸਹੀ ਵਰਤੋਂ ਕਰਨ ਦਾ, ਉਹ ਜਾਨੀ ਕਿ ਖੇਤੀਬਾੜੀ ਮਹਿਕਮੇ ਕੋਲ ਵੀ ਆ, ਪਰੰਤੂ ਉਹਦਾ ਡਾਟਾ ਕੋਈ ਨਹੀਂ ਇਕੱਠਾ ਹੁੰਦਾ। ਦੇਖੋ ਹੁਣ ਮੈਂ ਨਾ ਇਹਨੂੰ ਦਵਾਈਆਂ ਤੋਂ ਹਟ ਕੇ ਪਿੱਛੇ ਜਾਂਦਾ, ਜਾਨੀ ਹੁਣ ਆਪਾਂ ਜਿਵੇਂ ਕੈਂਸਰ ਦੇ ਕੌਜ਼ ਦੀ ਗੱਲ ਕੀਤੀ ਵੀ ਸਰਕਾਰ ਕਹਿੰਦੀ ਆਪਣਾ ਆਰਸੈਨਿਕ ਬਹੁਤ ਹੋ ਗਿਆ ਤੇ ਵੀ ਉਹਦੇ ਕਰਕੇ ਆਪਣੇ ਜਿਹੜੀਆਂ ਬਿਮਾਰੀਆਂ ਆ ਰਹੀਆਂ, ਪਰੰਤੂ ਜੇ ਆਪਾਂ ਇਹਨੂੰ ਕਿਸੇ ਵੀ ਬਿਮਾਰੀ ਦੀ ਜੜ ਲੱਭਣੀ ਹੈ, ਪੰਜਾਬ 'ਚ ਕੈਂਸਰ ਕਿਉਂ ਹੋ ਰਿਹਾ, ਤਾਂ ਉਹਦੇ 'ਚ ਆਪਾਂ ਨੂੰ ਨਾ ਇੱਕ ਤਰਤੀਬ ਵਾਰ ਅਨਾਲਿਸਿਸ ਕਰਨਾ ਪਊਗਾ। ਉਹਦੇ ਵਿੱਚ ਪਹਿਲਾਂ ਸ਼ੁਰੂ ਆਊਗਾ ਮਤਲਬ ਵੀ ਮਿੱਟੀ ਦੇ ਪਾਣੀ ਦੇ ਵਿੱਚੋਂ ਚੱਲਿਆ, ਉਹਦੇ ਥਾਈਂ ਖੁਰਾਕੀ ਭੋਜਨ ਦੇ ਵਿੱਚ ਆਇਆ, ਭੋਜਨ ਦੇ ਵਿੱਚੋਂ ਜਾਂ ਜਾਨਵਰਾਂ 'ਚ ਜਾਂ ਮਨੁੱਖਾਂ ਦੇ ਵਿੱਚ ਆ ਗਿਆ। ਹੁਣ ਜਿਵੇਂ ਮਤਲਬ ਜਿਹੜੀਆਂ ਇਹ ਭਾਰੀਆਂ ਧਾਤਾਂ ਹੁੰਦੀਆਂ ਜਿਹੜਾ ਆਪਣਾ ਸਰੀਰ ਆ, ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦਾ ਜਾਂ ਤਾਂ ਆਪਣੇ ਜਦੋਂ ਆਪਾਂ ਮਲ ਤਿਆਗ ਕਰਦੇ ਹਾਂ ਉਹਦੇ ਰਾਹੀਂ ਨਿਕਲ ਜਾਂਦਾ, ਪਰ ਜਿਹੜਾ ਬਲੱਡ ਦੇ ਵਿੱਚ ਚਲਿਆ ਜਾਂਦਾ ਤਾਂ ਬਾਡੀ ਉਹਦੇ ਜਾਨੀ ਕਿ ਆਪਣੇ ਨਹੁੰਾਂ ਦੇ ਵਿੱਚ ਜਾਂ ਆਪਣੇ ਵਾਲਾਂ ਦੇ ਵਿੱਚ ਤੇ ਜਾਂ ਮੌਕਿਆਂ ਦੇ ਰੂਪ ਦੇ ਵਿੱਚ ਉਹਨੂੰ ਆਪਣੀ ਸਕਿਨ ਦੇ ਵਿੱਚੋਂ ਬਾਹਰ ਕੱਢ ਦਿੰਦੀ ਆ। ਤੇ ਮਤਲਬ ਹੁਣ ਮੈਂ ਤੁਹਾਨੂੰ ਟੈਕਨੀਕਲ ਗੱਲ ਦੱਸ ਰਿਹਾ ਵੀ ਜੇ ਆਪਾਂ ਕੈਂਸਰ ਦਾ ਅਸਲੀ ਕਾਰਨ ਲੱਭਣਾ ਹੋਵੇ ਤਾਂ ਜਾਨੀ ਕਿ ਨਾ ਇਹ ਕੰਟੀਨਿਊਮ ਇਹ ਤਰਤੀਬਤਾ ਦੇ ਵਿੱਚ ਕਰਨ ਦੀ ਲੋੜ ਆ, ਵੀ ਜੇ ਕੋਈ ਕਿਤੇ ਮਰੀਜ਼ ਆ ਗਿਆ ਹਸਪੀਟਲ ਦੇ ਵਿੱਚ ਉਹਦਾ ਕੈਂਸਰ ਡਾਇਗਨੋਸ ਹੋ ਗਿਆ, ਉਹਦੇ ਪਹਿਲਾਂ ਵਾਲਾਂ ਤੇ ਨਹੁੰਾਂ ਦਾ ਸੈਂਪਲ ਲੈ ਕੇ ਦੇਖਿਆ ਜਾਵੇ ਵੀ ਉਹਦੇ ਵਿੱਚ ਕਿਹੜੇ ਕੈਮੀਕਲ ਜਮ੍ਹਾਂ ਹੋਏ ਹੋਏ ਆ, ਉਸ ਤੋਂ ਬਾਅਦ ਉਸ ਦੇ ਪਿੰਡ ਜਾ ਕੇ ਉਹਦੀ ਮਿੱਟੀ ਤੇ ਉੱਥੇ ਦੀ ਪਾਣੀ ਉਹਦੇ ਉਹਦੀ ਜਿਹੜੀ ਫਸਲ ਖਾ ਰਿਹਾ ਦਾਣਾ ਜਾਂ ਹੋਰ ਉਹਦੀ ਜਾਂਚ ਕੀਤੀ ਜਾਵੇ, ਤਾਂ ਆਪਾਂ ਨੂੰ ਪਤਾ ਲੱਗੂਗਾ ਵੀ ਕੀ ਕਾਰਨ ਆ। ਅੱਛਾ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਜਿਹੜੇ ਇਹ ਬਹੁਤੇ ਹਾਨੀਕਾਰਕ ਜਿਹੜੇ ਵੱਡੇ ਮੋਲੀਕਿਊਲ ਦਾ ਜਿਹੜੇ ਖਤਰਨਾਕ ਆ ਇਹਨਾਂ ਭਾਰੀਆਂ ਧਾਤਾਂ ਤੋਂ ਬਿਨਾਂ ਜਿਹੜੇ ਕਿ ਇੰਡਸਟਰੀ ਦੁਆਰਾ ਰਿਲੀਜ਼ ਕੀਤੇ ਜਾਂਦੇ ਆ ਤੇ ਆਪਣੇ ਮੈਡੀਕਲ ਵੇਸਟ ਜੋ ਆਉਂਦੇ ਆ ਤੇ ਜਾਂ ਆਪਣੇ ਜਾਨੀ ਕਿ ਇਹ ਦਵਾਈਆਂ ਦੇ ਦੁਆਰਾ ਆਉਂਦੇ ਆ, ਇਹਨਾਂ ਨੂੰ ਟੈਸਟ ਕਰਨ ਦਾ ਹੀ ਆਪਣੇ ਕੋਲੇ ਫੈਸਿਲਿਟੀ ਨਹੀਂ ਹੈ। ਸੋ ਆਪਾਂ ਉਹ ਮਤਲਬ ਉਸ ਪਾਸੇ ਨੂੰ ਤੁਰਦੇ ਹੀ ਨਹੀਂ ਆ ਜਿਵੇਂ। ਹਾਂਜੀ ਜੀ ਸੁਖਨਾਬ ਜੀ। ਨਹੀਂ ਬਿਲਕੁਲ ਮੈਂ ਤੁਹਾਡੇ ਨਾਲ ਐਗਰੀ ਹਾਂ ਜੀ ਕਿ ਜਦੋਂ ਸਾਨੂੰ ਇਹੀ ਨਹੀਂ ਪਤਾ ਸਾਨੂੰ ਬਿਮਾਰੀ ਕੀ ਹੈ ਤੇ ਇਲਾਜ ਕੀ ਹੋਊਗਾ। ਹਾਂ, ਬਿਮਾਰੀ ਦਾ ਕਾਰਨ ਨਹੀਂ ਆਪਾਂ ਨੂੰ ਪਤਾ ਹੈ, ਆਪਾਂ ਕਹੀ ਜਾਂਦੇ ਹਾਂ ਵੀ ਕੈਂਸਰ ਹੋ ਗਿਆ ਜੀ, ਕਾਲਾ ਪੀਲੀਆ ਹੋ ਗਿਆ, ਪਰ ਆਪਾਂ ਨੂੰ ਇਹ ਨਹੀਂ ਪਤਾ ਵੀ ਉਹ ਆਪਾਂ ਨੂੰ ਇੰਨਾ ਕੁ ਪਤਾ ਲੱਗ ਗਿਆ ਵੀ ਉਹ ਮਾੜੇ ਪਾਣੀ ਕਰਕੇ ਹੋ ਗਿਆ ਜਾਂ ਮਤਲਬ ਕਿਸੇ ਜ਼ਹਿਰੀਲੀ ਚੀਜ਼ ਕਰਕੇ ਹੋ ਗਿਆ, ਪਰੰਤੂ ਉਹ ਜਿਹੜੀ ਜ਼ਹਿਰੀਲੀ ਚੀਜ਼ ਆ ਉਹ ਕਿਹੜੀ ਚੀਜ਼ ਆ ਤੇ ਉਹ ਕਿੱਥੋਂ ਆ ਰਹੀ ਆ, ਜਦ ਤੱਕ ਆਪਾਂ ਨੂੰ ਇਹ ਨਹੀਂ ਪਤਾ ਲੱਗੂਗਾ ਵੀ ਉਹ ਕਿੱਥੋਂ ਆ ਰਹੀ ਆ, ਉਦੋਂ ਤੱਕ ਆਪਾਂ ਆਪਣੇ ਪੰਜਾਬ ਨੂੰ ਕਿਵੇਂ ਆਪਾਂ ਸਹੀ ਕਰ ਸਕਦੇ ਹਾਂ। ਜੀ ਸੁਖਨੈਬ ਜੀ। ਡਾਕਟਰ ਸਾਹਿਬ, ਉਹਦੇ ਵਾਸਤੇ ਫਿਰ ਕੀ ਕਰਨਾ ਪਊਗਾ ਵੀ ਕਿਵੇਂ ਪਤਾ ਲੱਗੂਗਾ ਕਿ ਦੇਖੋ ਪੰਜਾਬ ਸਰਕਾਰ ਕੋਲੇ ਕੋਈ ਰਿਸੋਰਸ ਨਹੀਂ, ਤੁਸੀਂ ਕੇਂਦਰ ਸਰਕਾਰ ਦੇ ਬਾਰੇ ਵੀ ਦੱਸਤਾ ਕਿ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਹੈ ਐਕਸ਼ਨ ਤਾਂ ਬਥੇਰੇ ਲੈਂਦਾ ਹੈ, ਉਹਨਾਂ ਕੋਲੇ ਵੀ ਜਾਂਚਣ ਮਾਪਣ ਦਾ ਕੁਛ ਹੈ ਨਹੀਂ, ਜਾਂ ਫਿਰ ਇਹ ਹੈ ਕਿ ਇਹਨਾਂ ਲੋਕਾਂ ਦੇ ਜਿਹੜੇ ਵੀ ਸਰਕਾਰ ਦੇ ਵਿੱਚ ਹੁੰਦੇ ਆ ਕਿਸੇ ਕਾਨੂੰਨੀ ਟਾਰਗੇਟ ਕਰ ਰਹੇ ਵੀ ਉਹਨਾਂ ਦੀ ਅੱਖਾਂ ਤੇ ਐਨਕਾਂ ਹੀ ਇਹੋ ਜਿਹੇ ਲੱਗੇ ਹੁੰਦੇ ਆ ਕਿ ਇਹ ਸਾਰਾ ਕੁਛ ਦਿਸਦਾ ਨਹੀਂ ਉਹਨਾਂ ਨੂੰ ਜੋ ਇਹਦੇ ਦੋ ਇੰਡਸਟਰੀ ਕਾਰਨ ਆ। ਇੱਕ ਤਾਂ ਸੁਖਨੈਤੀ ਮਤਲਬ ਇੱਕ ਤਾਂ ਜਿਹੜਾ ਭ੍ਰਿਸ਼ਟਾਚਾਰ ਆ, ਜਿਹੜੀ ਕਰਪਸ਼ਨ ਆ, ਸਭ ਤੋਂ ਵੱਡਾ ਕਾਰਨ ਤਾਂ ਉਹ ਆ। ਇੱਕ ਜਿਹੜੀ ਆਪਣੀ ਨਾ ਮਤਲਬ ਇਸ ਤੋਂ ਵੀ ਪਹਿਲੀ ਗੱਲ ਹੈਗੀ ਆ ਜਿਹੜੀ ਐਜੂਕੇਸ਼ਨ, ਜਿਹੜਾ ਆਪਣਾ ਐਜੂਕੇਸ਼ਨ ਸਿਸਟਮ ਫਾਲਟੀ ਹੋ ਗਿਆ, ਉਹ ਬੱਚਿਆਂ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਦਾ ਜਿਹੜਾ ਉਹ ਤਬਾਹ ਹੋ ਚੁੱਕਿਆ। ਉਹਦੇ ਵਿੱਚ ਜਿਵੇਂ ਬੱਚਿਆਂ ਨੇ ਜਿਵੇਂ ਮੈਂ ਗੱਲ ਕੀਤੀ ਵੀ ਜਦੋਂ ਆਪਣੇ ਪਿੰਡਾਂ ਦੇ ਵਿੱਚ ਜਵਾਕ ਜਦੋਂ ਸਕੂਲ 'ਚ ਜਾਂਦੇ ਆ, ਉਹਨਾਂ ਨੂੰ ਇਹ ਦੱਸਿਆ ਜਾਵੇ
ਆਹ ਦਵਾਈਆਂ ਇਹ ਇੰਨੀਆਂ ਖਤਰਨਾਕ ਹੋ ਸਕਦੀਆਂ, ਇਹ ਇਹਨਾਂ ਨੂੰ ਵਰਤਣ ਦੇ ਖਾਤਰ ਆਹ ਚੀਜ਼ਾਂ ਜ਼ਰੂਰੀ ਆ। ਇਹ ਇਕੱਲੇ ਪਿੰਡ ਵਾਲਿਆਂ ਨੂੰ ਨਹੀਂ, ਸ਼ਹਿਰੀਆਂ ਨੂੰ ਵੀ ਪੜ੍ਹਾਉਣਾ ਚਾਹੀਦਾ। ਏਦਾਂ ਹੀ ਹੁਣ ਮੈਂ ਬਿਲਕੁਲ ਇੱਕ ਐਗਜ਼ਾਮਪਲ ਹੋਰ ਦਿੰਦਾ ਤੁਹਾਨੂੰ, ਮੈਂ ਸਿਸਟਮ ਐਜੂਕੇਸ਼ਨ ਤੇ ਰਿਸਰਚ ਦਾ ਤਬਾਹ ਹੋਣ ਦੀ। ਤੁਸੀਂ ਆਪਾਂ ਜਦੋਂ ਛੋਟੇ ਹੁੰਦੇ ਸੀ ਤੁਸੀਂ ਦੇਖਿਆ ਹੋਣਾ ਵੀ ਚਮਗਿੱਦੜ ਕਿੰਨੇ ਹੁੰਦੇ ਸੀ ਪਿੰਡਾਂ 'ਚ, ਜਾਂ ਪੰਛੀਆਂ ਦੀ ਗਿਣਤੀ ਕਿੰਨੀ ਜ਼ਿਆਦਾ ਹੁੰਦੀ ਸੀ। ਉਹ ਸਾਰੀ ਘੱਟ ਗਈ। ਜਿਹੜੇ ਚਮਗਿੱਦੜ ਆ ਰਾਤ ਨੂੰ ਉੱਡਦੇ ਸੀ ਤੇ ਰਾਤ ਨੂੰ ਇਹ ਕੀੜੇ ਮਕੌੜੇ ਖਾਂਦੇ, ਇਹਨਾਂ ਦਾ ਮੁੱਖ ਭੋਜਨ ਉਹੀ ਆ। ਤੇ ਆਪਾਂ ਦਰਖਤ ਵੱਢ ਤੇ ਤੇ ਜਾਂ ਜ਼ਹਿਰਾਂ ਕਰਕੇ ਵੀ ਉਹਨਾਂ ਦੀ ਪਾਪੂਲੇਸ਼ਨ ਘੱਟ ਗਈ, ਤੇ ਜਿਹੜਾ ਨੈਚੁਰਲ ਕੰਟਰੋਲ ਸੀ ਕੀੜਿਆਂ ਦਾ ਉਹ ਤਾਂ ਆਪਾਂ ਖਤਮ ਹੀ ਕਰਤਾ। ਆਪਾਂ ਉਧਰਲੇ ਪਾਸੇ ਨੂੰ ਨਾ ਪਲੈਨਰ ਜਿਹੜੇ ਨੀਤੀ ਘੜੇ ਉਹਨਾਂ ਦਾ ਧਿਆਨ ਆ, ਨਾ ਵਿਗਿਆਨੀਆਂ ਦਾ ਧਿਆਨ ਆ। ਜੀ ਮਤਲਬ ਵੀ ਆਪਾਂ ਦਵਾਈਆਂ ਰਿਕਮੈਂਡ, ਆਪਾਂ ਵੀ ਕਿਸੇ ਵੀ ਚੀਜ਼ ਦਾ ਇਲਾਜ ਨਾ ਮਤਲਬ ਵੀ ਸਪਰੇਅ ਲਿਆ ਕੇ ਕਰ ਲੈਣਾ, ਜਦਕਿ ਸਪਰੇਅ ਇੱਕ ਮਤਲਬ ਇੱਕ ਹਿੱਸਾ ਉਹਦਾ 5-10 ਜਾਂ 20-25%, ਜਦਕਿ ਉਹਨੂੰ ਕੰਟਰੋਲ ਕਰਨ ਖਾਤਰ ਬਾਕੀ 75 ਜਾਂ 50% ਕੰਮ ਉਹ ਹੋਰ ਗੱਲਾਂ ਨੇ ਕਰਨਾ। ਜੀ ਜੇ ਜਿਵੇਂ ਹੁਣ ਆਪਾਂ ਗੱਲ ਕਰੀਏ ਵੀ ਜਿਵੇਂ ਪੰਜਾਬ ਦੇ ਪਾਣੀ ਖਾਤਰ, ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਝੋਨਾ ਜ਼ਿੰਮੇਵਾਰ ਆ ਵੀ ਪਾਣੀ ਦਾ ਪੱਧਰ ਥੱਲੇ ਜਾਣ ਲਈ। ਇਹ ਤਾਂ ਆਪਾਂ ਨੂੰ ਇਹ ਤਾਂ ਨੀ ਹੈ ਵੀ ਹਾਂ ਆਪਾਂ ਨੂੰ 2022 ਚ ਆ ਕੇ ਪਤਾ ਲੱਗਿਆ, ਇਹ ਤਾਂ 1990 ਜਾਂ 1990 ਤੋਂ ਪਹਿਲਾਂ ਇਹਦੇ ਸਿਮਟਮ ਆਉਣ ਲੱਗ ਗਏ ਸੀ, ਜਦ ਬੋਰ ਡੂੰਘੇ ਹੋ ਕੇ ਪੁਰਾਣੇ ਬੋਰਾਂ ਦੀ ਥਾਂ ਤੇ ਆਪਣੇ ਸ਼ਾਫਟਾਂ ਵਾਲੀਆਂ ਮੋਟਰਾਂ ਜਾਂ ਜਿਹੜੀਆਂ ਦੂਜੀਆਂ ਮੋਨੋ ਬਲਾਕ ਗਈਆਂ ਪਹਿਲਾਂ, ਤੇ ਮੋਨੋ ਬਲਾਕ ਤੋਂ ਬਾਅਦ ਫਿਰ ਆਪਾਂ ਸਮਰਸੀਬਲਾਂ ਲਾਏ। ਪਰੰਤੂ ਦੇਖੋ ਨਾ ਤਾਂ ਨੀਤੀ ਘੜਿਆਂ ਨੇ ਕੋਈ ਕਾਰਵਾਈ ਕੀਤੀ ਤੇ ਨਾ ਹੀ PAU ਨੇ ਕੋਈ ਚੇਂਜ ਕੀਤੀ। PAU ਦੇ ਵਿੱਚ ਵੀ ਅੱਜ ਦੀ ਤਰੀਕ ਦੇ ਵਿੱਚ ਜੇ ਉੱਥੇ ਵਿਗਿਆਨੀ ਮਤਲਬ ਜਿਹੜੀਆਂ ਨਵੀਆਂ ਫਸਲਾਂ ਦੀ ਖੋਜ ਕਰਦੇ ਆ ਨਵੀਆਂ ਕਿਸਮਾਂ ਦੀ, ਉਸ ਮਹਿਕਮੇ ਦੇ ਵਿੱਚ 125-30 ਜਾਂ 35 ਸਾਇੰਸਦਾਨ ਆ, ਉਹਨਾਂ ਚੋਂ 70-80 ਆ ਜਿਹੜੇ ਕਣਕ ਝੋਨੇ ਤੇ ਕੰਮ ਕਰ ਰਹੇ ਆ। ਜਦਕਿ ਲੋੜ ਸੀ ਜਦੋਂ ਪਤਾ ਲੱਗ ਗਿਆ ਵੀ ਝੋਨਾ ਸਾਨੂੰ ਖਰਾਬ ਕਰ ਰਿਹਾ, ਆਪਾਂ ਨੂੰ ਉਹਦੀ ਆਲਟਰਨੇਟ ਫਸਲ ਲੱਭਣ ਖਾਤਰ ਅੱਜ ਤੋਂ 15-20-25 ਸਾਲ ਪਹਿਲਾਂ ਯਤਨ ਕਰਨੇ ਸ਼ੁਰੂ ਚਾਹੀਦੇ ਸੀ। ਡਾਕਟਰ ਸਾਹਿਬ ਤੁਸੀਂ ਨਾ ਕਈ ਗੱਲਾਂ ਬੜੀਆਂ ਕੰਮ ਦੀਆਂ ਕੀਤੀਆਂ, ਗੱਲਬਾਤ ਸਾਡੀ ਲੰਬੀ ਵੀ ਹੋ ਸਕਦੀ ਹੈ, ਪਰ ਮੈਂ ਅੱਜ 2 ਕੁ ਤੱਥ ਤੁਹਾਡੇ ਤੋਂ ਹੋਰ ਜਾਣਨੇ ਚਾਹੂੰਗਾ ਆਉਣ ਵਾਲੇ ਦਿਨਾਂ 'ਚ, ਮੈਂ ਫਿਰ ਵੀ ਜੁੜਾਂਗੇ। ਤੇ ਜਿਵੇਂ ਖੇਤੀ ਬਦਲ ਦੀ ਗੱਲ ਕਰਦੇ ਹਾਂ ਕਿ ਜੀ ਖੇਤੀ ਬਦਲ ਦਿੱਤਾ ਜਾਵੇ, PAU ਹੈ ਉਹ ਉਹਦੇ ਵੱਲੋਂ ਰਿਸਰਚ ਹੁੰਦੀ ਹੈ, ਸਰਕਾਰ ਵੀ ਕਹਿੰਦੀ ਰਹਿੰਦੀ ਹੈ, ਉਹ ਜਿਹੜਾ ਦੂਸਰਾ ਬਦਲ ਦੇਣ ਦੀ ਗੱਲ ਆਉਂਦੀ ਹੈ, ਚਾਹੇ ਸਾਨੂੰ ਮੱਕੀ ਦੇ ਦਿਓ, ਐਤਕੀ ਮੂੰਗੀ ਹੈ ਜੋ ਕੁਛ ਹੋ ਗਿਆ, ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਉਹ ਵੀ ਪਤਾ ਹੈ, ਤੇ ਬਦਲ ਮੈਂ ਜਿਹੜਾ ਕੰਮ ਹੈ ਉਹ ਕਿੰਨਾ ਕੁ ਲਾਹੇਵੰਦ ਹੋ ਸਕਦਾ ਹੈ? ਝੋਨਾ ਛੱਡ ਦੇਣਗੇ ਲੋਕ? ਨਰਮੇ ਦੀ ਜੇ ਗੱਲ ਅਸੀਂ ਹੁਣ ਪੰਜਾਬ ਦੇ ਵਿੱਚ ਕਰੀਏ ਤਾਂ ਇਸ ਵਾਰ ਫਿਰ ਗੁਲਾਬੀ ਸੁੰਡੀ ਹੈ ਜਿਹੜੀ ਆ ਕੇ ਗੁਲਾਬੀ ਗੈਂਗ ਵਾਂਗੂ ਪੈ ਗਈ, ਉਹਦਾ ਹੱਲ ਨੀ, ਉਹਨਾਂ ਕੋਲੇ ਸਪਰੇਅ ਹੈ ਨੀ ਜਿਹੜੀ ਮਾਰੇ। ਫਿਰ ਗੱਲ ਇਹ ਹੈ ਕਿ ਨੀਲੇ ਤੋਥੇ ਤੋਂ ਕਿਸਾਨ ਸ਼ੁਰੂ ਹੋਇਆ, ਸ਼ਰਾਬ ਵੀ ਪਾਈ ਜਾਂਦੇ, ਰੰਡ ਜਾਂ ਕੋਈ ਜੋ ਮਿਲਦਾ ਹੈ ਉਹ ਖੇਤਾਂ ਦੇ ਵਿੱਚ ਛਿੜਕ ਰਿਹਾ, ਸਪਰੇਅ ਕਰ ਰਿਹਾ, ਜਿਹਨੇ ਦੱਸਤਾ ਜੀ ਫਲਾਨੇ ਨੇ ਐਂ ਕਰਿਆ, ਮੇਰੇ ਵਰਗੇ ਨੇ ਕਈ ਵਾਰੀ ਕੀਤੀ ਵੀ ਨੀ ਹੁੰਦੀ, ਕਿਸੇ ਹੋਰ ਨੂੰ ਕੁਛ ਹੋਰ ਕਹਿ ਦਿੰਦਾ, ਉਹ ਇੰਪਲੀਮੈਂਟ ਕਰਦੇ ਆ। ਫਿਰ ਨਰਮਾ ਹੋ ਗਿਆ, ਜਿਵੇਂ ਮਾਲਵਾ ਬੈਲਟ ਦੀ ਗੱਲ ਕਰਾਂਗੇ ਕਿ ਜਦੋਂ ਬੀਟੀ ਕਾਟਨ ਆਇਆ ਸੀਗਾ ਉਹਨੂੰ ਸੁੰਡੀ ਨੀ ਲੱਗਦੀ, ਮੈਂ ਖੁਦ ਵੀ ਬੀਜਦਾ ਰਿਹਾ, ਬੜਾ ਵਧੀਆ ਹੋਇਆ ਸੀ ਕੈਪਟਨ ਦੇ ਰਾਜ 'ਚ ਸੀ ਉਦੋਂ, ਫਿਰ ਆ ਜਿਹੜੀ ਗੱਲ ਆ ਤੁਸੀਂ ਕਹਿੰਦੇ ਹੁੰਦੇ ਸੀ ਉਹ ਬਾਦਲ ਸੁੰਡੀ ਕਹਿੰਦੇ ਹੁੰਦੇ ਉਦੋਂ, ਜਿਹੜੀ ਅਮਰੀਕਨ ਸੁੰਡੀ ਹੈ, ਤੇ ਫਿਰ ਦੂਜੇ ਪਾਸੇ ਜਦੋਂ ਅਕਾਲੀਆਂ ਨੇ ਭੰਡਣਾ ਸੀ ਉਹ ਕਹਿੰਦੇ ਵੀ ਕੈਪਟਨ ਅਮਰਿੰਦਰ ਕਿਹੜਾ ਤੁਹਾਡੇ ਖੇਤਾਂ 'ਚ ਜਾ ਕੇ ਸਪਰੇਅ ਕਰ ਗਿਆ ਸੀ, ਉਦੋਂ ਪਰ ਬੀਟੀ ਕਾਟਨ ਲਿਆਂਦਾ ਗਿਆ ਸੀ, ਲੋਕਾਂ ਨੂੰ ਥੋੜਾ ਜਿਹਾ ਫਾਇਦਾ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਕੈਪਟਨ ਦੀ ਸਰਕਾਰ ਵੀ ਆ ਗਈ, ਬਾਦਲ ਦੀ ਵੀ ਦੇਖ ਲਈ, ਮਾੜੀਆਂ ਸਪਰੇਹਾਂ ਨੇ ਜੋ ਕੁਛ ਕਿਸਾਨੀ ਦਾ ਕੀਤਾ, ਪਰ ਖਾਸ ਕਰਕੇ ਇੱਥੇ ਬਠਿੰਡੇ ਦੇ ਨਾਲ ਰਾਮਾ ਮੰਡੀ ਹੈ, ਉੱਥੋਂ ਜਿੰਨੀ ਨਕਲੀ ਸਪਰੇਅ ਉਹਨਾਂ ਦੇ ਨਾਲ ਫੜੀ ਗਈ ਤੇ ਰੁਲਦੀ ਰਹੀ ਉੱਥੇ ਸੜਕਾਂ ਤੇ ਜਾਂ ਕਈ ਥਾਵਾਂ ਦੇ ਉੱਤੇ, ਬੜੇ ਹੰਗਾਮੇ ਹੋਏ, ਸਰਦਾਰ ਤੋਤਾ ਸਿੰਘ ਹੋ ਰਹੇ ਅੱਜ ਕੱਲ੍ਹ ਤਾਂ ਪਤਾ ਨੀ ਪਰਮਾਤਮਾ ਨੇ ਉਹਨਾਂ ਨੂੰ ਕਿਹੜੇ ਥਾਂ ਤੇ ਰੱਖਿਆ ਹੋਊਗਾ, ਪਰ ਮੁੰਜੇ ਤਾਂ ਉਹਨਾਂ ਵੇਲੇ ਅੱਜ ਕਿਸਾਨ ਲੱਗੇ ਨਕਲੀ ਬੀਜ ਸਾਡੇ ਤੱਕ ਪਹੁੰਚਦੇ ਰਹੇ, ਹੁਣ ਕੀ ਹੋ ਸਕਦਾ ਹੈ, ਬਦਲ ਕੀ ਹੋ ਸਕਦਾ ਸਾਡੇ ਕੋਲੇ ਫਸਲ ਦਾ? ਇਹ ਦੇਖੋ ਸੁਖਨਾਬ ਜੀ, ਇਹ ਨਾ ਮਤਲਬ ਗੱਲ ਪਤਾ ਹੈਗੀ ਆ, ਪਹਿਲਾਂ ਤਾਂ ਦੋ ਗੱਲਾਂ, ਪਹਿਲਾਂ ਇੱਕ ਨੀਤ ਬਣਾਉਣ ਦੀ ਗੱਲ ਆ, ਫਿਰ ਇੱਕ ਨੀਤੀ ਬਣਾਉਣ ਦੀ ਗੱਲ ਆ। ਨੀਤ ਦੇ ਵਿੱਚ ਜਦ ਆਪਣਾ ਸਰਕਾਰ ਮੈਨੂੰ ਜਾਣੀ ਵੀ ਜਿਵੇਂ ਭਗਵੰਤ ਮਾਨ ਸਰਕਾਰ ਲੋਕਾਂ ਨੇ ਬੜੇ ਮਾਣ ਤੇ ਚਾਅ ਨਾਲ 92 MLA ਦੇ ਕੇ ਚਿਤਾਈ ਸੀ, ਪਰੰਤੂ ਇਹਨਾਂ ਨੇ ਹਲੇ ਤੱਕ ਮੈਨੂੰ ਕੋਈ ਵੀ ਉਸਾਰੂ ਜਾਣੀ ਕਿ ਕੰਮ ਨਹੀਂ ਕੀਤਾ ਲੱਗਦਾ, ਕਿਉਂਕਿ ਜਿਹੜੀ ਪਲੈਨਿੰਗ ਕਮਿਸ਼ਨ ਦਾ ਚੇਅਰਮੈਨ ਉਹ ਬੰਦੇ ਨੂੰ ਲਾਇਆ ਗਿਆ ਜਿਹੜਾ ਪੰਜਾਬ ਦੇ ਵਿੱਚ ਪੋਲਿਊਸ਼ਨ ਫੈਲਾਉਣ ਲਈ ਮੁੱਖ ਬੰਦਿਆਂ ਦੇ ਵਿੱਚੋਂ ਇੱਕ ਆ। ਪਰ ਹਰੇਕ ਸਰਕਾਰ ਦਾ ਹਿੱਸਾ ਰਿਹਾ। ਹਾਂ, ਤੇ ਦੂਸਰੀ ਗੱਲ ਹੁਣ ਜਿਵੇਂ ਮੈਂ ਮਤਲਬ ਗੱਲ ਕਰਾਂ ਤੇ ਵੀ ਜਿਹੜੀ ਨੀਤੀ ਬਣਾਉਣੀ ਆ ਉਹਦੇ ਵਿੱਚ ਤੁਸੀਂ ਡਾਇਵਰਸੀਫਿਕੇਸ਼ਨ ਦੀ ਮੈਨੂੰ ਸਵਾਲ ਕੀਤਾ, ਡਾਇਵਰਸੀਫਿਕੇਸ਼ਨ ਆਪਣੇ 2-3 ਟਾਰਗੇਟ ਹੋਣੇ ਚਾਹੀਦੇ। ਇੱਕ ਤਾਂ ਵੀ ਪਾਣੀ ਬਚਾਉਣਾ ਆਪਾਂ ਨੇ, ਹੈਨਾ, ਤੇ ਪਾਣੀ ਬਚਾਉਣ ਲਈ ਆਪਾਂ ਨੂੰ ਘੱਟ ਪਾਣੀ ਵਾਲੀ ਫਸਲ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਪੰਜਾਬ ਸਰਕਾਰ ਨੇ ਐਤਕੀ ਜਿਹੜਾ ਬਜਟ ਪੇਸ਼ ਕੀਤਾ 11,100+ ਕਰੋੜ ਦਾ ਖੇਤੀਬਾੜੀ ਦਾ ਬਜਟ ਪੇਸ਼ ਕੀਤਾ ਜੀ, ਤੇ ਉਸ ਬਜਟ ਦੇ ਵਿੱਚੋਂ ਇਹਨਾਂ ਨੇ ਜਾਣੀ 7,000 ਕਰੋੜ ਤੋਂ ਥੋੜੇ ਜਿਹੇ ਕੁਛ ਪੈਸੇ ਘੱਟ ਜਿਹੜੇ ਆਪਣੇ ਬਿਜਲੀ ਖੇਤੀ ਸਬਸਿਡੀ ਲਈ ਰੱਖੇ ਆ। ਤੇ ਜੇ ਮੈਂ ਆਪਣੇ ਜਣੀ ਵੀ ਝੋਨੇ ਨੂੰ ਆਪਣੇ ਨੂੰ 30-35 ਪਾਣੀ ਲੱਗ ਜਾਂਦੇ ਆ, ਕਣਕ ਨੂੰ 5-7 ਲੱਗ ਜਾਂਦੇ ਆ, ਤੇ ਜੇ ਮੈਂ ਉਹਨੂੰ ਏਰੀਆ ਦੇ ਬੇਸ ਤੇ ਕੈਲਕੂਲੇਟ ਕਰਾਂ ਤਾਂ ਲਗਭਗ ਉਹ 7,000 ਦੇ ਵਿੱਚੋਂ 5,500-6,000 ਰੁਪਇਆ ਆਪਣਾ ਇਕੱਲਾ ਝੋਨੇ ਨੂੰ ਜਿਹੜਾ ਪਾਣੀ ਲਾਉਣ ਖਾਤਰ ਸਬਸਿਡੀ ਉਹ ਵਰਤੀ ਜਾਣੀ ਆ।
ਮਤਲਬ 6,000 ਕਰੋੜ। ਅੱਛਾ ਇੱਦਾਂ ਹੀ ਸਰਕਾਰ ਨੇ 450 ਕਰੋੜ ਮੈਂ ਖਿਆ ਸਿੱਧੀ ਬਿਜਾਈ ਲਈ ਰੱਖਿਆ, 200 ਕਰੋੜ ਪਰਾਲੀ ਦੀ ਸਾਂਭ ਸੰਭਾਲ ਲਈ ਰੱਖਿਆ, 100 ਕਰੋੜ ਮਸ਼ੀਨਰੀ ਖਾਤਾ ਰੱਖਿਆ। ਬਈ ਸਰਕਾਰ ਲਗਭਗ 6,500 ਤੋਂ 6,500-7,000 ਰੁਪਇਆ ਝੋਨੇ ਨੂੰ ਪੈਦਾ ਕਰਨ ਤੇ ਉਹਦੀਆਂ ਮੁਸ਼ਕਲਾਂ ਹੱਲ ਕਰਨ ਖਾਤਰ ਖਰਚ ਰਹੀ ਆ ਪੰਜਾਬ ਦੇ ਵਿੱਚ। ਤੇ ਆਪਣਾ 34 ਲੱਖ ਹੈਕਟੇਅਰ ਆਪਣਾ ਲਗਭਗ ਏਰੀਆ ਝੋਨੇ ਥੱਲੇ ਆ। ਜੇ ਪਹਿਲੀ ਸਿੰਪਲ ਗੱਲ ਤਾਂ ਇਹੀ ਹੈ ਵੀ ਜਿਹੜੇ ਇਹ ਪੈਸੇ ਆ ਇਹ ਜਿਹੜੇ ਝੋਨੇ ਦੀਆਂ ਮੁਸ਼ਕਲਾਂ ਹੱਲ ਕਰਨ ਖਾਤਰ ਆਪਾਂ ਖਰਚਣੇ ਆ, ਝੋਨਾ ਆਪਾਂ ਨੇ ਪੈਦਾ ਕਰਕੇ ਹੋਰ ਸੂਬਿਆਂ ਨੂੰ ਦੇਣਾ, ਇਹ ਪੈਸਾ ਆਪਾਂ ਕਿਉਂ ਨਾ ਆਪਣੇ ਸਰੋਤਾਂ ਹੋਰ ਬਦਲਵੀਆਂ ਫਸਲਾਂ ਖਾਤਰ ਚਾਹੇ ਸਿੱਧੀ ਸਬਸਿਡੀ ਦੇ ਰੂਪ ਚ ਦੇ ਦਈਏ, ਜਾਂ ਜਿਹੜਾ ਕਿਸਾਨ ਉੱਥੇ ਫਸਲ ਕੋਈ ਵੀ ਪੈਦਾ ਕਰ ਲਏ ਉਹਨੂੰ ਜਿਹੜਾ ਇਕਨੋਮਿਕ ਲਾਸ ਹੋਣਾ ਉਹਨੂੰ ਪੂਰਾ ਕਰਨ ਲਈ ਵਰਤਿਆ ਜਾਵੇ। ਦੂਸਰੀ ਗੱਲ ਹੁਣ ਇਹਦੇ ਨਾਲ ਜੁੜੀ ਹੋਈ, ਇੱਕ ਤਾਂ ਮੈਂ ਤੁਹਾਨੂੰ ਇਹ ਐਗਜ਼ਾਮਪਲ ਦੇਤੀ, ਦੂਜੀ ਗੱਲ ਆ ਵੀ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਰਿਸਰਚ ਆ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਉਹਨੂੰ ਰੀਓਰੀਐਂਟ ਕਰਨ ਤੇ ਆਊਟ ਆਫ ਬਾਕਸ ਸੋਚ ਕੇ ਸ਼ੁਰੂ ਕਰਨ ਦੀ ਲੋੜ ਆ। ਜਿੱਦਣ ਆਪਾਂ ਨੂੰ ਜੇ ਮੈਂ ਪਹਿਲਾਂ ਗੱਲ ਕੀਤੀ ਵੀ ਅੱਜ ਤੋਂ 20 ਸਾਲ ਪਹਿਲਾਂ ਝੋਨੇ ਦੀ ਬਦਲਵੀਂ ਫਸਲ ਲੱਭਣ ਦੀ ਕੋਸ਼ਿਸ਼ ਸ਼ੁਰੂ ਹੋ ਜਾਣੀ ਚਾਹੀਦੀ। ਜੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਗੁਆਰਾ ਆਪਣੇ ਮਾਲਵੇਰੀ ਵਿੱਚ ਬਹੁਤ ਹੁੰਦਾ ਹੈ ਜੀ ਸੁਖਨੈਬ ਜੀ, ਤੇ ਗੁਆਰੇ ਤੋਂ ਨਾ ਗੁਆਰ ਗਮ ਤਿਆਰ ਕੀਤੀ ਜਾਂਦੀ ਹੈ, ਤੁਸੀਂ ਸੁਣਿਆ ਹੋਣਾ, ਜਿਹੜੀ ਅੱਜ ਕੱਲ ਆਪਣੀ ਆਇਲ ਐਂਡ ਗੈਸ ਇੰਡਸਟਰੀ ਆ ਅਮੈਰੀਕਾ ਦੇ ਵਿੱਚ ਜਾਂ ਇਧਰਲੇ ਪਾਸੇ, ਉਹਦੇ ਵਿੱਚ ਨਾ ਫਰੈਕਿੰਗ ਦੁਆਰਾ ਤੇਲ ਕੱਢਿਆ ਜਾਂਦਾ ਹੈ। ਮਤਲਬ ਉਹ ਫਰੈਕਿੰਗ ਇੰਡਸਟਰੀ ਦੇ ਵਿੱਚ ਨਾ ਇਹ ਗੁਆਰ ਗਮ ਬਹੁਤ ਸਭ ਤੋਂ ਵਧੀਆ ਇਨਪੁਟ ਯੂਜ਼ ਹੁੰਦੀ ਹੈ ਤੇ ਇਹਦੀ ਹਾਈ ਡਿਮਾਂਡ ਆ ਤੇ ਇੰਡੀਆ ਚੋਂ ਹੀ ਆਉਂਦੀ ਹੈ ਬਹੁਤੀ ਜੀ। ਤੇ ਆਪਾਂ ਜੇ ਕਿਉਂ ਨਾ ਆਪਾਂ ਉਹ ਗੁਆਰਾ ਪੈਦਾ ਕੀਤਾ ਜਾਵੇ, ਉਹ ਗੁਆਰ ਦੇ ਵਿੱਚੋਂ ਵਿਲੇਜ ਲੈਵਲ ਤੇ ਜਾਂ ਬਲਾਕ ਲੈਵਲ ਤੇ ਇੰਡਸਟਰੀ ਲੱਗੇ ਜਿਹਦੇ ਵਿੱਚ ਰੁਜ਼ਗਾਰ ਵੀ ਮਿਲੂਗਾ ਤੇ ਉਹ ਗੁਆਰ ਗਮ ਪੈਦਾ ਕਰਕੇ ਆਪਾਂ ਐਕਸਪੋਰਟ ਕਰੀਏ, ਵਾਲੂਮ ਵੀ ਘੱਟ ਜਾਣਾ ਹੈ ਨਾ। ਸੋ ਮਤਲਬ ਫੋਰ ਐਗਜ਼ਾਮਪਲ ਮੈਂ ਆਊਟ ਆਫ ਪਰ ਪਰੰਤੂ ਗੱਲ ਕੀ ਹੋਈ ਵੀ PAU ਝੋਨੇ ਦੀਆਂ ਵਰਾਇਟੀਆਂ ਤਾਂ ਕੱਢੀ ਗਈ, ਵੀ ਐਤਕੀ ਝਾੜ 25 ਸੀ ਹੁਣ 28 ਹੋ ਗਿਆ ਜੀ, ਹੁਣ 32 ਹੋ ਗਿਆ ਜੀ, ਹੁਣ 35 ਤੇ ਪਹੁੰਚ ਗਏ। ਗੁਆਰੇ ਦਾ ਝਾੜ ਉੱਥੇ ਦਾ ਉੱਥੇ ਖੜਾ, ਮੂੰਗੀ ਦਾ ਝਾੜ ਉੱਥੇ ਦਾ ਉੱਥੇ ਖੜਾ ਜਾਂ ਮਣ ਮੁੱਟਾ ਵਧਿਆ। ਇੰਟਰਪਟ ਵੀ ਕਰਦਾ ਡਾਕਟਰ ਸਾਹਿਬ, ਇੱਕ ਵਾਰ ਗੁਆਰਾ 28,000 ਦੇ ਨੇੜੇ ਤੇੜੇ ਵੀ ਗਿਆ ਮੇਰੇ ਖਿਆਲ ਦੇ ਵਿੱਚ, ਲੋਕਾਂ ਨੇ ਬਿਲਕੁਲ ਅਗਲੇ ਹੋ ਸਾਲ ਸਕਦਾ ਜੀ, ਬਿਲਕੁਲ ਹੋ ਸਕਦਾ ਹੈ ਅਗਲੇ ਸਾਲ ਫਿਰ ਉਹਦੇ ਰੇਟ ਡਾਊਨ ਹੋਗੇ। ਉਹ ਮੈਂ ਉਹੀ ਗੱਲ ਕਰ ਰਿਹਾ ਨਾ, ਸਰਕਾਰ ਕੋਲੇ ਹੁਣ ਦੇਖੋ ਤੁਸੀਂ ਆਪਣਾ ਸੁਖਨੈਬ ਜੀ, ਆਪਣਾ ਕਣਕ ਝੋਨੇ ਨੂੰ ਆਪਣਾ FCI ਤਾਂ ਬਹੁਤ ਘੱਟ ਖਰੀਦ ਕਰਦੀ ਹੈ, ਪੰਜਾਬ ਦੀਆਂ 7-8 ਏਜੰਸੀਆਂ ਆਈਆਂ ਜੀਆਂ ਜਿਹੜੀਆਂ ਆਪਣੀਆਂ ਇਹਨਾਂ ਫਸਲਾਂ ਦੀ ਖਰੀਦ ਕਰਦੀਆਂ, ਜਿਵੇਂ ਪਨਸਪ ਹੋ ਗਈ, ਮਾਰਕ ਫੈਡ ਹੋ ਗਈ, ਪਨ ਗ੍ਰੇਨ ਹੋ ਗਈ, ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਹੋ ਗਈ, ਮੰਡੀ ਬੋਰਡ, ਘੱਟੋ ਘੱਟ ਇਹ 7-8 ਮਹਿਕਮੇ ਆ ਜਿਹੜੇ ਫਸਲਾਂ ਦੀ ਖਰੀਦ ਨਾਲ ਜੁੜੇ ਹੋਏ, ਆਪਣੇ ਕੋਲ ਇਨਫਰਾਸਟ੍ਰਕਚਰ ਹੈਗਾ। ਗੱਲ ਐ ਵੀ ਮੈਂ ਜਿਵੇਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਵੀ ਨੀਤ ਅਤੇ ਨੀਤੀ ਦੀ ਲੋੜ ਆ ਆਪਣੇ ਕੋਲ ਇਹਨਾਂ ਏਜੰਸੀਆਂ ਦੇ ਥਰੂ ਹੀ, ਜੇ ਆਪਾਂ ਗੁਆਰਾ ਉਹਨੂੰ ਇੱਕ ਮਾਰਕੀਟ ਤੇ ਵੀ ਖਰੀਦ ਲਓ, ਜੇ ਮਾਰਕੀਟ ਤੋਂ ਘੱਟ ਤੇ ਵਿਕਿਆ ਤਾਂ ਬਾਕੀ ਜਿਹੜਾ ਪੈਸੇ ਦੀ ਘਾਟ ਪਈ ਸਰਕਾਰ ਪੂਰੀ ਕਰ ਦੇਵੇ, ਤੇ ਉਹ ਜੇ ਮਾਰਕੀਟ ਉਹਦੀ ਪ੍ਰਾਈਸ ਡਿੱਗਣੀ ਹੋਣੀ ਜੇ ਆਪਾਂ ਉਹਦੀ ਪ੍ਰੋਸੈਸਿੰਗ ਯੂਨਿਟ ਪੰਜਾਬ ਦੇ ਵਿੱਚ ਲਾ ਲਾਂਗੇ। ਸਰਕਾਰ ਉੱਦਮ ਕਰੇ ਇਹਦੇ ਬਾਰੇ, ਸਰਕਾਰ ਵੀ ਨਾ ਕਰੇ, ਉੱਦਮੀਆਂ ਨੂੰ ਮੌਕਾ ਦੇਵੇ। ਹੁਣ ਮੈਂ ਇੱਕ ਫੋਰ ਐਗਜ਼ਾਮਪਲ ਹੋਰ ਗੱਲ ਕਰਦਾ, ਕੈਲੀਫੋਰਨੀਆ ਦਾ ਸੁਖਨੈਬ ਜੀ ਤੁਸੀਂ ਦੇਖਿਆ ਹੋਣਾ ਪੰਜਾਬ ਦਾ ਮੌਸਮ ਸੇਮ ਆ, ਸਹੀ, ਤੇ ਜੇ ਕੈਲੀਫੋਰਨੀਆ ਚ ਬਦਾਮ ਇੰਨੀ ਕਾਮਯਾਬੀ ਨਾਲ ਪੈਦਾ ਹੋ ਸਕਦੇ, ਪੰਜਾਬ ਚ ਕਿਉਂ ਨਹੀਂ ਹੋ ਸਕਦੇ? ਤੇ ਬਦਾਮਾਂ ਦੇ ਵਿੱਚ ਜਿਹੜਾ ਪਾਣੀ ਲੱਗਣਾ ਉਹ ਡ੍ਰਿਪ ਇਰੀਗੇਸ਼ਨ ਤੇ ਲੱਗਣਾ, ਬਦਾਮਾਂ ਦੀ ਤੋੜਾ ਤੋੜਾਈ ਆ ਜਿਹੜੀ ਉਹ ਮਸ਼ੀਨ ਨਾਲ ਹੋਣੀ ਆ, ਪਾਣੀ ਵੀ ਬਚ ਗਿਆ, ਲੇਬਰ ਦਾ ਖਰਚਾ ਵੀ ਘੱਟ ਗਿਆ ਆਪਣਾ। ਤੇ ਹੁਣ ਮੈਂ ਤੁਹਾਨੂੰ ਇੱਥੇ ਤਰਾਸਦੀ ਦੱਸਦਾ ਵੀ PAU ਦੇ ਵਿੱਚ ਡਾਕਟਰ ਟੱਟ ਨੇ 1976 ਚ ਬਦਾਮਾਂ ਤੇ ਕੰਮ ਕੀਤਾ ਵਾ, ਉਹਨਾਂ ਦਾ ਪੇਪਰ, ਉਹ ਤੋਂ ਬਾਅਦ ਕਿਸੇ ਨੇ ਇੱਥੇ ਕੰਮ ਹੀ ਨਹੀਂ ਕੀਤਾ। ਉਦੋਂ ਵੀ ਇਹ ਹੋਇਆ ਵੀ ਕਸ਼ਮੀਰ ਤੋਂ ਬਦਾਮਾਂ ਦੀਆਂ ਵਰਾਇਟੀਆਂ ਲਿਆ ਕੇ ਟੈਸਟ ਕਰ ਲਈਆਂ, ਉਹ ਲੱਗਿਆ ਵੀ ਉਹ ਕਿਉਂਕਿ ਠੰਡ ਦੇ ਵਿੱਚ ਸੀ ਪੈਦਾ ਹੋਣ ਵਾਲੀਆਂ ਵਰਾਇਟ ਕਿਸਮਾਂ ਸੀ ਉਹ ਚੱਲੀਆਂ ਨਹੀਂ, ਤੇ ਆਪਾਂ ਕਹਿੰਦਾ ਬਦਾਮ ਪੰਜਾਬ ਚ ਹੋ ਨਹੀਂ ਸਕਦੇ। ਜਦਕਿ ਕੈਲੀਫੋਰਨੀਆ ਦੇ ਵਿੱਚ ਜੇ ਪੰਜਾਬ ਦੇ ਵਿੱਚ ਆਪਣਾ 40 ਡਿਗਰੀ ਟੈਂਪਰੇਚਰ ਹੁੰਦਾ ਤਾਂ ਕੈਲੀਫੋਰਨੀਆ ਚ 37 ਡਿਗਰੀ ਟੈਂਪਰੇਚਰ ਹੁੰਦਾ, ਨੇੜੇ ਮਤਲਬ ਜਾਨੀ ਉਹ। ਮੈਂ ਤਾਂ ਹੀ ਕਹਿ ਰਿਹਾ ਵੀ ਮੈਂ ਨਹੀਂ ਕਹਿੰਦਾ ਵੀ ਬਦਾਮ 100%, ਮੈਂ ਗਲਤ ਵੀ ਹੋ ਸਕਦਾ, ਪਰੰਤੂ ਗੱਲ ਹੈ ਵੀ ਆਊਟ ਆਫ ਬਾਕਸ ਸੋਚ ਕੇ ਨਵਾਂ। ਹੁਣ ਇਹਦੇ ਨਾਲ ਜੁੜੀ ਵੀ ਗੱਲ, ਤੁਸੀਂ ਨਰਮੇ ਦੀ ਗੱਲ ਕਰ ਰਹੇ ਸੀਗੇ ਵੀ ਪੰਜਾਬ ਦੇ ਵਿੱਚ ਇਹਨੂੰ ਤੀਜੇ ਚੌਥੇ ਸਾਲ ਕਦੇ ਮਿਲੀ ਬੱਗ ਆ ਜਾਂਦੀ ਆ, ਕਦੇ ਕੁਛ ਆ ਜਾਂਦਾ, ਹੈਨਾ। ਆਪਣੇ PAU ਦੇ ਵਿੱਚ ਕੀ ਹੋ ਰਿਹਾ, ਨਰਮੇ ਦੀ ਬਰੀਡਿੰਗ ਤੇ ਜਾਨੀ ਨਵੀਆਂ ਕਿਸਮਾਂ ਕਰਨ ਤੇ ਜਾਨੀ ਨਰਮੇ ਦੀ ਖੋਜ ਤੇ 3-4 ਬੰਦੇ ਕੰਮ ਕਰ ਰਹੇ ਹੈ, ਤੇ ਉਹ ਵੀ ਇਹ ਕਰ ਰਿਹਾ ਵੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਵੱਲੋਂ ਬੀਜ ਆਉਂਦਾ ਉਹਨੂੰ ਟੈਸਟ ਕਰਦੇ ਆ ਤੇ ਰਿਕਮੈਂਡ ਕਰ ਦਿੰਦੇ ਆ। ਜਦਕਿ ਪੰਜਾਬ ਦੇ ਵਿੱਚ ਹੋਣਾ ਇਹ ਚਾਹੀਦਾ ਸੀ PAU ਦੇ ਵਿੱਚ ਵੀ ਜਿਹੜੀ ਆਪਣੀ ਦੇਸੀ ਕਪਾਹ, ਆਪਾਂ ਉਹ ਦੇਸੀ ਕਪਾਹ ਦੀ ਬਰੀਡਿੰਗ ਇਸ ਹਿਸਾਬ ਨਾਲ ਕਰਦੇ ਵੀ ਉਹਦੇ ਫਾਈਬਰ ਦੀ ਕੁਆਲਿਟੀ ਵੀ ਵਧੀਆ ਹੋ ਜਾਂਦੀ ਤੇ ਉਹਦਾ ਝਾੜ ਵੀ ਵੱਧ ਜਾਂਦਾ, ਕਿਉਂਕਿ ਉਹਨੂੰ ਕੀੜੇ ਮਕੌੜੇ ਘੱਟ ਪੈਣੇ ਸੀ। ਸਹੀ ਹੈ, ਪੈਂਦੇ ਨਹੀਂ ਸੀ ਆਪਾਂ ਦੇਖਿਆ। ਹਾਂ ਮਤਲਬ ਕਿਉਂਕਿ ਪੰਜਾਬ ਦੇ ਵਾਤਾਵਰਨ ਮੁਤਾਬਕ ਸੀਗੀ, ਜਿਹੜੀ ਅਮਰੀਕਨ ਸੁੰਡੀ ਵੀ ਅਮਰੀਕਾ ਤੋਂ ਆਈ ਨਾ, ਜੇ ਆਪਾਂ ਉੱਥੋਂ ਬੀਜ ਲਿਆਂਦੇ ਜਾਂ ਹੋਰ ਕੁਛ ਕੀਤਾ। ਸੋ ਆਪਾਂ ਨੂੰ ਜਿਹੜੀ, ਮੈਂ ਵਾਰ ਦੁਆਰੇ ਇਹੀ ਗੱਲ ਰਿਪੀਟ ਕਰਦਾ ਵੀ ਆਪਣਾ ਐਜੂਕੇਸ਼ਨ ਸਿਸਟਮ, ਪਹਿਲਾਂ ਤਾਂ ਅਵੇਅਰਨੈਸ ਦੀ ਬਹੁਤ ਲੋੜ ਆ, ਲੋਕਾਂ ਨੂੰ ਸਮਝਾਇਆ ਜਾਵੇ ਵੀ ਇਹ ਜ਼ਹਿਰਾਂ ਕਿਵੇਂ ਟਰੈਵਲ ਕਰ ਸਕਦੀਆਂ। ਆਪਾਂ ਸੋਚ ਵੀ ਨਹੀਂ ਸਕਦੇ ਵੀ ਕਿਵੇਂ ਕਿਵੇਂ ਆਪਾਂ ਨੂੰ ਇਹ
ਨੁਕਸਾਨ ਪਹੁੰਚਾਉਂਦੀਆਂ, ਕਿਉਂਕਿ ਆਪਾਂ ਉਹੀ ਜਿਹੜੀ ਪੁਰਾਣੇ ਸਿਸਟਮ ਵੀ ਆਪਾਂ ਘਿਓ ਖਾਣ ਵਾਲੀਆਂ ਗੱਲਾਂ ਕਰ ਲਈਆਂ ਜਾਂ ਉਹ ਕਰ ਲਈਆਂ, ਹੁਣ ਟੈਕਨੋਲੋਜੀ ਬਦਲ ਗਈ ਆ। ਹਾਲੇ ਤਾਂ ਆਪਾਂ ਨੇ ਆ ਜਿਹੜਾ ਮੋਬਾਈਲ ਦਾ ਪੋਲਿਊਸ਼ਨ ਹੋ ਰਿਹਾ ਇਹਦੇ ਬਾਰੇ ਕੋਈ ਗੱਲ ਨਹੀਂ ਕਰਦਾ। ਮਤਲਬ ਉਹ ਆਪਾਂ ਨੂੰ ਪਹਿਲਾਂ ਐਜੂਕੇਸ਼ਨ ਪਾਲਿਸੀ ਬਦਲਣੀ ਪਊਗੀ, ਫਿਰ ਜਿਹੜੀ ਕਰਪਸ਼ਨ ਦੂਰ ਕਰਕੇ। ਦੇਖੋ ਕਾਨੂੰਨ ਸਾਰੇ ਹੈਗੇ, ਮੈਂ ਤੁਹਾਨੂੰ ਇੱਕ ਮਜ਼ੇਦਾਰ ਗੱਲ ਸੁਣਾਉਣਾ ਸੁਖਨੈਬ ਜੀ। ਮੈਂ ਜਦੋਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ, ਅਸੀਂ ਜਦੋਂ ਮੈਂ ਯੂਨੀਵਰਸਿਟੀ ਤੋਂ ਅਸੀਂ ਸੈਂਪਲਿੰਗ ਖਾਤਰ ਜਾਂਦੇ ਸੀ ਤਾਂ SDO ਸਾਡੇ ਨਾਲ ਹੁੰਦੇ ਸੀ, ਨਵੇਂ ਮੁੰਡੇ ਵੀ ਸੀ ਉਹਨਾਂ ਦੇ ਵਿੱਚ, ਕਈ ਪੁਰਾਣੇ ਵੀ ਸੀ। ਮੈਨੂੰ ਇੱਕ ਨਵੇਂ ਮੁੰਡੇ ਦਾ ਨਾਮ ਭੁੱਲ ਗਿਆ ਤੇ ਉਹ ਮੈਨੂੰ ਮੁੰਡੇ ਦੀ ਗੱਲ ਬੜੀ ਵਧੀਆ ਲੱਗੀ, ਕਹਿੰਦਾ ਜੀ ਸਾਨੂੰ ਤਾਂ ਡਾਕਟਰ ਸਾਹਿਬ ਕੰਮ ਕਰਨ ਦਾ ਉਦੋਂ ਸਵਾਲ ਆਇਆ ਜਦੋਂ ਕਾਹਨ ਸਿੰਘ ਪੰਨੂ ਸਾਡੇ ਚੇਅਰਮੈਨ ਸੀ, ਤੇ ਕਹਿੰਦੇ ਵੀ ਉਹਨਾਂ ਨੇ ਕਿਹਾ ਵਾ ਸੀ ਵੀ ਤੁਸੀਂ ਫੈਸਲਾ ਲਓ। ਪਰੰਤੂ ਬਹੁਤ ਯਾਰੀ ਇਹ ਹੁੰਦਾ, ਜਿਹੜੀਆਂ ਵੱਡੀਆਂ ਫੈਕਟਰੀਆਂ ਜਿਵੇਂ ਟਰਾਈਡੈਂਟ ਦੀਆਂ ਜਾਂ ਲੁਧਿਆਣੇ ਵੀ ਨਾਹਰ ਵਰਗਿਆਂ ਦੀਆਂ ਹੋਰ ਆ, ਜਦੋਂ ਤੁਸੀਂ ਉਹਦੇ ਗੇਟ ਦੇ ਅੰਦਰ ਜਾਂਦੇ ਆ ਨਾ ਜੀ, ਤੁਹਾਨੂੰ ਉੱਥੇ ਜਾਨੀ ਉਹ ਚੱਕ ਕੇ ਚਾਹੇ ਬਰਾਇਲਰ ਚ ਸੱਟ ਦੇਣ ਤੁਹਾਨੂੰ, ਤੁਹਾਡੀ ਸੂਹ ਵੀ ਨੀ ਨਿਕਲਣੀ। ਤੇ ਜੇ ਕਿਸੇ SDO ਨੇ ਉੱਥੇ ਫੈਕਟਰੀ ਬੰਦ ਕਰਤੀ, ਉਹਦੇ ਘਰੇ ਜਾਣ ਤੋਂ ਪਹਿਲਾਂ ਪਹਿਲਾਂ ਉਹਦੀ ਬਦਲੀ ਦੇ ਆਰਡਰ ਆ ਜਾਂਦੇ ਆ। ਤੇ ਮਤਲਬ ਜਿਵੇਂ ਤੁਹਾਡੇ ਏਰੀਏ ਚ ਰਪਾਣੇ ਵਾਲੀ ਪੇਪਰ ਮਿਲ ਆ ਜੀ, ਮੈਂ ਨਾ ਉੱਥੇ ਮੁਕਤਸਰ ਸੀਗਾ ਤੇ ਮੈਨੂੰ ਫਾਰਮਰ ਦਾ ਫੋਨ ਆ ਗਿਆ, ਕਹਿੰਦਾ ਜੀ ਮੇਰਾ ਨਰਮਾ ਸੁੱਕ ਗਿਆ ਦੇਖ ਕੇ ਜਾਓ ਡਾਕਟਰ ਸਾਹਿਬ। ਉਹ ਮੈਂ ਗਿਆ, ਉਹਦੀ ਜ਼ਮੀਨ ਨਾ ਸਾਰੀ ਭੂਰੀ ਹੋਈ ਪਈ ਤੇ ਉਹਦੇ ਵਿੱਚ ਨਾ ਜਿੱਕਣਾ ਬਬਲ ਦੀ ਬੁਲਬਲੇ ਨੀ ਹੁੰਦੇ ਹੈਗੇ, ਪੇਪੜੀ ਜੀ ਬਣੀ ਹੋਈ ਉਵੇਂ ਹਨਾ। ਤੇ ਮੈਂ ਕਿਹਾ ਵੀ ਪਾਣੀ ਕਿਹੜਾ ਲਾਇਆ, ਕਹਿੰਦਾ ਜੀ ਪਾਣੀ ਡਰੇਨ ਚੋਂ ਚੱਕ ਕੇ ਲਾਇਆ ਸੀ। ਉਹ ਡਰੇਨ ਜਿਹੜੀ ਆਪਣੀ ਮੁਕਤਸਰ ਮਲੋਟ ਰੋਡ ਦੇ ਥੱਲੇ ਦੀ ਜਾਂਦੀ, ਉਹਦੇ ਵਿੱਚ ਉਹਨੇ ਪਾਣੀ ਛੱਡਿਆ। ਮਾੜੀ ਕਿਸਮਤ ਜ਼ਿਮੀਦਾਰ ਦੀ ਕੀ ਹੋਈ, ਜਦੋਂ ਉਹਨਾਂ ਨੇ ਉਹ ਪ੍ਰਦੂਸ਼ਿਤ ਪਾਣੀ ਛੱਡਿਆ ਫੈਕਟਰੀ ਚੋਂ, ਉਦੋਂ ਹੀ ਉਹਨੇ ਕਿਤੇ ਆਪਣਾ ਬੋਰ ਚਲਾ ਲਿਆ, ਉਹ ਚੱਕ ਕੇ ਸਾਰਾ ਉਹ ਦੂਸ਼ਿਤ ਪਾਣੀ ਖੇਤ ਚ ਲਾ ਲਿਆ। ਹੁਣ ਜਿਹੜੀ ਕਹਿਣ ਨੂੰ ਤਾਂ ਉਹਦਾ ਨਰਮਾ ਮਰਿਆ ਇੱਕ ਵਾਰੀ, ਉਹ ਨਰਮਾ ਨੀ ਮਰਿਆ, ਉਹਦੀ ਜ਼ਮੀਨ ਹੀ ਮਰ ਗਈ। ਸਹੀ ਗੱਲ। ਸੋ ਮਤਲਬ ਆਪਾਂ ਨੂੰ ਨਾ, ਮਤਲਬ ਆਪਾਂ ਐਜੂਕੇਸ਼ਨ ਦੀ ਘਾਟ ਕਰਕੇ ਆਪਾਂ ਜਿਹੜਾ ਸਾਹਮਣੇ ਦੇਖਦਾ ਹੈ ਨਾ, ਹੁਣ ਇੱਕ ਆਪਣੇ ਹੋਰ ਰਿਵਾਜ ਚੱਲਿਆ ਵਾ ਰੇਨ ਵਾਟਰ ਹਾਰਵੈਸਟਿੰਗ, ਵੀ ਆਪਣਾ ਮੀਂਹ ਦਾ ਪਾਣੀ ਇਕੱਠਾ ਕਰਕੇ ਜੀ ਬੋਰ ਰਾਹੀਂ ਥੱਲੇ ਪਾਓ। ਇਹ ਸਭ ਤੋਂ ਖਤਰਨਾਕ ਹੈ ਇਹ ਵੀ, ਕਿਉਂਕਿ ਖਰਚ ਕਰੋ, ਜੇ ਤਾਂ ਛੱਤ ਸਾਫ਼ ਸੀ ਬਿਲਕੁਲ ਸਾਫ਼ ਪਾਣੀ ਚੱਲਿਆ ਗਿਆ ਤਾਂ ਬਹੁਤ ਵਧੀਆ ਗੱਲ ਆ, ਤੇ ਜੇ ਉਹੀ ਕਿਸੇ ਨੇ ਮਤਲਬ ਉਹਦੇ ਵਿੱਚ ਕੋਈ ਕੈਮੀਕਲ ਰਲ ਗਿਆ, ਉਹ ਜੇ 100 ਫੁੱਟ ਪੱਤਣ ਤੇ ਚੱਲਿਆ ਗਿਆ ਤਾਂ ਉਹਨੂੰ ਆਪਾਂ ਕਿਵੇਂ ਸਾਫ਼ ਕਰ ਲਾਂਗੇ ਦੁਆਰੇ। ਮਤਲਬ ਇੱਥੇ ਜੇ ਕੋਈ ਬੋਰ ਕਰਾ ਲੈਂਦਾ ਨਾ ਜੀ, ਵਰਤਦਾ ਨੀ ਹੈਗਾ, ਉਹਦੀ ਲਾਇਬਿਲਟੀ ਆ, ਮਤਲਬ ਵੀ ਉਹਨੂੰ ਉਹ ਬੰਦ ਕਰਾਉਣਾ ਪੈਣਾ, ਟੈਕਨੀਕਲ ਢੰਗ ਨਾਲ ਖੁੱਲਾ ਨੀ ਛੱਡ ਸਕਦਾ। ਸੋ ਮਤਲਬ ਰੂਲ ਹੈਗੇ ਇੱਥੇ। ਹੁਣ ਤੁਹਾਨੂੰ ਮੈਂ ਆਪਣੀ ਸਰਕਾਰ ਦੀ ਸੁਣਾਉਂਦਾ ਗੱਲ ਜੀ, ਇਹਨਾਂ ਨੇ 2020 ਦੇ ਵਿੱਚ ਨਾ ਗਰਾਊਂਡ ਵਾਟਰ ਰੈਗੂਲੇਟਰੀ ਰੈਗੂਲੇਸ਼ਨ ਅਥਾਰਟੀ ਬਣਾਈ, ਸ਼ਾਇਦ ਮੈਂ ਨਾਂ ਸਹੀ ਨਾਂ ਲੈ ਸਕਦਾ ਹਾਂ, ਤੇ ਉਹਦੇ ਵਿੱਚ ਕਰਨ ਅਵਤਾਰ ਸਿੰਘ ਚੇਅਰਮੈਨ ਆ ਉਹਦੇ, ਤੇ ਡਾਕਟਰ SS ਕੁੱਕਲ ਉਹਦੇ ਮੈਂਬਰ ਆ ਜੀ, PAU ਦੇ ਸਾਡੇ ਟੀਮ ਸੀਗੇ। ਉਹਨੇ ਇੱਕ ਗਾਈਡਲਾਈਨ ਬਣਾਤੀ 2020 ਦੇ ਵਿੱਚ ਵੀ, ਜੇ ਕੋਈ ਗਰਾਊਂਡ ਵਾਟਰ ਵਰਤੂਗਾ ਤੇ ਉਹਨੂੰ ਇੰਨਾ ਪੈਸਾ ਦੇਣਾ ਪਊਗਾ, ਉਹਨੇ ਐ ਪਰਮਿਸ਼ਨ ਲੈਣੀ ਹੈ, ਜੇ ਕਰਨਾ ਪਊਗਾ। ਪਰ ਉਹ ਹਜੇ ਤੱਕ ਗਾਈਡਲਾਈਨ ਜਾਂ ਡਰਾਫਟ ਹੀ ਪਈਆਂ, ਲਾਗੂ ਨਹੀਂ ਕੀਤੀਆਂ ਗਈਆਂ। ਹੁਣ ਜਿਵੇਂ ਫੋਰ ਐਗਜ਼ਾਮਪਲ ਜੇ ਮੱਤੇਵਾੜੇ ਜੰਗਲ ਦੀ ਗੱਲ ਕਰਦੇ ਹਾਂ ਆਪਾਂ, ਜਿਹੜੀ ਉੱਥੇ ਫੈਕਟਰੀਆਂ ਲੱਗਣੀਆਂ ਸੀ 900 ਕਿੱਲੇ ਚ, ਉਹਨਾਂ ਨੇ ਧਰਤੀ ਥੱਲੋਂ ਪਾਣੀ ਕੱਢਣਾ ਸੀ, ਉਹਦਾ ਪੰਜਾਬ ਸੂਬੇ ਨੂੰ ਕੋਈ ਉਹ ਨਹੀਂ ਸੀ, ਤੇ ਉਹਨਾਂ ਨੇ ਪੋਲਿਊਟ ਕਰਕੇ ਫਿਰ ਉਹ ਛੱਡਣਾ ਸੀ। ਸੋ ਮਤਲਬ ਆਪਣੇ ਕੋਲੇ ਪਹਿਲਾਂ ਤਾਂ ਕਾਨੂੰਨ, ਜਿਵੇਂ ਪੋਲਿਊਸ਼ਨ ਕੰਟਰੋਲ ਬੋਰਡ ਕੋਲੇ ਜਿਹੜੇ ਕਾਨੂੰਨ ਆ ਉਹ ਆਊਟਡੇਟ ਹੋ ਚੁੱਕਿਆ, ਜਿਹੜੇ ਅੱਜ ਦੇ ਪੋਲਿਊਟੈਂਟ ਆ ਉਹਨਾਂ ਦੇ ਹਾਣ ਦੇ ਨਹੀਂ, ਜਿਹੜੀਆਂ ਟੈਸਟਿੰਗ ਫੈਸਿਲਿਟੀਆਂ ਉਹਨਾਂ ਦੇ ਹਾਣ ਦੀਆਂ ਨਹੀਂ। ਆਪਾਂ ਨੂੰ ਇੱਕ ਨਵੀਂ ਨੀਤੀ ਬਣਾ ਕੇ ਜਿਹਦੇ ਵਿੱਚ ਖੇਤੀਬਾੜੀ, ਆਪਣਾ ਹਿਊਮਨ ਹੈਲਥ, ਇਹ ਸਾਰਾ ਕੁਝ ਜੋੜ ਕੇ, ਐਨੀਮਲ ਹੈਲਥ ਵੀ ਉਹਦੇ ਨਾਲ ਉਨੀ ਜੜੀ ਵੀ ਆ, ਜੇ ਉਸੇ ਆਪਣੀ ਪੋਲਿਊਟਡ ਜ਼ਮੀਨ ਦੇ ਵਿੱਚ ਚਾਰਾ ਪੈਦਾ ਕਰਕੇ ਆਪਾਂ ਉਹ ਡੰਗਰਾਂ ਨੂੰ ਪਾਤਾ ਤਾਂ ਡੰਗਰ ਵੀ ਨੁਕਸਾਨ ਹੋਣਗੇ ਤੇ ਦੁੱਧ ਪੀਣ ਵਾਲੇ ਵੀ ਉਹਦੇ ਨਾਲ ਜਾਨੀ ਕਿ ਬਿਮਾਰ ਹੋਣਗੇ। ਸੋ ਇਹ ਮੈਂ ਜਿਹੜੀ PAU ਦੇ ਵਿੱਚ ਜਾਂ ਮਤਲਬ ਕਿਸੇ ਵੀ ਪੰਜਾਬ ਚ ਚਾਹੀਦਾ ਇੱਕ ਨਾ ਨਵਾਂ ਮਹਿਕਮਾ ਬਣਾਇਆ ਜਾਵੇ ਜਿਹੜਾ ਹੋਵੇ ਇਨਵਾਇਰਮੈਂਟ ਐਂਡ ਪਬਲਿਕ, ਇਨਵਾਇਰਮੈਂਟਲ ਸਾਇੰਸ ਐਂਡ ਪਬਲਿਕ ਹੈਲਥ, ਇਨਵਾਇਰਮੈਂਟਲ ਸਾਇੰਸ ਵਾਲੇ ਉਹ ਸਾਰੇ ਪੋਲਿਊਟੈਂਟ ਨੂੰ ਸਟੱਡੀ ਕਰਨ ਵੀ ਕਿੱਥੋਂ ਚੱਲਿਆ, ਉਹ ਕਿਸੇ ਮਰੀਜ਼ ਦੇ ਕੈਂਸਰ ਵਾਲੇ ਦੇ ਬਾਲਾਂ ਤੱਕ ਕਿਵੇਂ ਪਹੁੰਚਿਆ। ਤੇ ਜਿਹੜਾ ਮਤਲਬ ਉਹਦੇ ਵਿੱਚ ਪਬਲਿਕ ਹੈਲਥ ਵੀ ਆ ਗਿਆ, DMC ਦੇ PGI ਦੇ ਡਾਕਟਰ ਜੋੜੇ ਜਾਣ, ਵੈਟਰਨਰੀ ਯੂਨੀਵਰਸਿਟੀ ਦੇ ਸਾਇੰਸਦਾਨ ਜੋੜੇ ਜਾਣ ਵੀ ਡੰਗਰਾਂ ਦੇ ਖੁਰਾਂ ਦੇ ਵਿੱਚੋਂ ਸੈਂਪਲ ਲੈ ਕੇ ਪਤਾ ਲੱਗੇ ਵੀ ਇਹਨਾਂ ਨੇ ਕੋਈ ਜ਼ਹਿਰੀਲੀ ਤਾਂ ਨਹੀਂ ਜੇ ਕਿਸੇ ਡੰਗਰ ਦੀ ਡੈਥ ਹੁੰਦੀ ਆ। ਸੋ ਮਤਲਬ ਇਹ ਨਵੀਂ ਨੀਤੀ ਬਣਾਉਣ ਦੀ ਲੋੜ ਆ, ਤੇ ਨੀਤੀ ਤਾਂ ਬਣੂਗੀ ਜੇ ਨੀਤ ਹੋਊਗੀ। ਜੀ ਸੁਖਨੈਬ ਜੀ, ਬਿਲਕੁਲ ਡਾਕਟਰ ਸਾਹਿਬ, ਬਹੁਤ ਕਮਾਲ ਦੀਆਂ ਗੱਲਾਂ ਨੇ ਤੁਹਾਡੀਆਂ, ਔਰ ਮੈਨੂੰ ਲੱਗਦਾ ਹਰੇਕ ਨੂੰ ਪੱਲੇ ਬੰਨਣ ਵਾਲੀ ਲੋੜ ਹੈ ਇਹਨਾਂ ਦੀ, ਕਿਉਂਕਿ 7 ਗੰਢਾਂ ਦੇ ਕੇ ਜੇ ਪੱਲੇ ਬੰਨੀਆਂ ਹੋਣਗੀਆਂ ਨਾ, ਬੰਦਾ ਕਦੇ ਨਾ ਕਦੇ ਖੋਲ ਲੈਂਦਾ ਹੁੰਦਾ, ਤੇ ਅਸੀਂ ਇਹ ਪਰਤਾਂ ਖੋਲਣ ਦਾ ਯਤਨ ਕਰਦੇ ਰਹਾਂਗੇ। ਡਾਕਟਰ ਸਾਹਿਬ ਅੱਜ ਦਾ ਤੁਸੀਂ ਜੁੜੇ ਹੋ, ਹੁਣ ਅਗਲੇ ਹਫ਼ਤੇ ਅਸੀਂ ਤੁਹਾਨੂੰ ਆਪ ਧੱਕੇ ਨਾਲ ਜੋੜ ਲੈਣਾ, ਸੋ ਆਪਦੇ ਤੁਸੀਂ ਜਿਹੜੇ $150 ਹੈ ਉਹ ਕੌਮ ਦੇ ਲੇਖੇ ਇਸ ਤਰੀਕੇ ਨਾਲ ਜ਼ਰੂਰ ਲਾਉਂਦੇ ਰਹੋ ਕਿ ਸਾਡੇ ਨਾਲ ਜੁੜਦੇ ਰਹੋ, ਆਪਦਾ ਕੀਮਤੀ ਸਮਾਂ ਸਾਨੂੰ ਦਿੰਦੇ ਰਹੋ। ਮੈਨੂੰ ਲੱਗਦਾ ਕਿ ਇਹੋ ਜਿਹੀ ਅਵੇਅਰਨੈਸ ਦੀ ਲੋੜ ਹੈ, ਬਾਕੀ ਚੀਜ਼ਾਂ ਦੇ ਉੱਤੇ ਸੰਯੁਕਤ ਸੁਣਾਉਣ ਦੇ ਵਾਸਤੇ ਬਹੁਤ ਟਾਈਮ ਬਹੁਤ ਸਾਰੇ ਲੋਕਾਂ ਨੇ।
ਜੀ ਬਿਲਕੁਲ ਅੱਛਾ ਸੁਖਨੈਬ ਜੀ, ਬਹੁਤ ਲਾਸਟ ਗੱਲ ਕਹੂੰਗਾ ਵੀ ਜਿਹੜੇ ਮੁੱਦੇ ਤਾਂ ਇਹ ਆ, ਤੇ ਇਹ ਜਾਣ ਬੁੱਝ ਕੇ ਅੱਜ ਦੀ ਜਿਹੜੀ ਪੋਲਿਟਿਕਸ ਚੱਲ ਰਹੀ ਆ, ਕਦੇ ਭਗਤ ਸਿੰਘ ਨੂੰ ਮੁੱਦਾ ਬਣਾ ਲਿਆ ਜਾਂਦਾ, ਕਦੇ ਤਿਰੰਗੇ ਤੇ ਕੇਸਰੀ ਨਿਸ਼ਾਨ ਸਾਹਿਬ ਨੂੰ ਚਲਾਉਣ ਨੂੰ ਮੁੱਦਾ ਬਣਾ ਲਿਆ ਜਾਂਦਾ, ਅਸਲੀ ਮੁੱਦੇ ਇਹ ਆ ਆਪਣੀ ਜਨਰੇਸ਼ਨ ਬਚਾਉਣ ਖਾਤਰ, ਖੇਤੀ ਬਚਾਉਣੀ ਜ਼ਰੂਰੀ ਆ, ਪਾਣੀ ਬਚਾਉਣਾ ਜ਼ਰੂਰੀ ਆ। ਧੰਨਵਾਦ ਤੁਹਾਡਾ ਬਹੁਤ ਬਹੁਤ, ਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਹੀ ਸੱਚੀ ਰੂਹ ਦਾ ਰੱਜ ਹੁੰਦਾ ਇਹੋ ਜਿਹੀਆਂ ਗੱਲਾਂ ਦੇ ਨਾਲ, ਪਰ ਨਾਲ ਸੋਚਣ ਵਾਸਤੇ ਮਜਬੂਰ ਵੀ ਹੁੰਦਾ ਕਿ ਹੋ ਕੀ ਰਿਹਾ ਤੇ ਕਰ ਕੌਣ ਰਿਹਾ। ਸਾਨੂੰ ਜਿਹੜੀਆਂ ਗੱਲਾਂ ਦੀ ਸਮਝ ਨਹੀਂ ਅਸੀਂ ਉਹਨਾਂ ਦੇ ਉੱਤੇ ਬਹਿਸ ਜ਼ਿਆਦਾ ਕਰਦੇ, ਤੇ ਜੋ ਕੁਛ ਸਾਡੇ ਘਰੇ ਵਾਪਰ ਰਿਹਾ, ਆਂਢ ਗੁਆਂਢ 'ਚ ਵਾਪਰ ਰਿਹਾ। ਹੁਣ ਜਿਵੇਂ ਡਾਕਟਰ ਸਾਹਿਬ ਦੱਸ ਕੇ ਗਿਆ ਕਿ ਦੁੱਧ ਹੈ ਜੇ ਉਹ ਪਲਿਊਟ ਹੋਊਗਾ, ਉਹ ਇਕੱਲੇ ਪਿੰਡ ਵਾਲਿਆਂ ਨੇ ਥੋੜ੍ਹਾ ਪੀਣਾ, ਸ਼ਹਿਰਾਂ 'ਚ ਵੀ ਜਾਊਗਾ, ਤੇ ਫਿਰ ਉਹਨੇ ਜਾਤ ਕਮਿਊਨਿਟੀ ਨਹੀਂ ਦੇਖਣੀ, ਸਾਰਿਆਂ ਧਰਮਾਂ ਦੇ ਲੋਕਾਂ ਨੂੰ ਉਹਦਾ ਸ਼ਿਕਾਰ ਬਣੂਗਾ, ਬਣਾਊਗਾ, ਪਰ ਬਣਦੇ ਵੀ ਹੋ। ਅਸੀਂ ਘੱਟੋ ਘੱਟ ਇਸ ਤਰ੍ਹਾਂ ਦੀ ਅਵੇਅਰਨੈਸ ਦੇ ਨਾਲ ਆਪਦੇ ਆਪ ਨੂੰ ਲਵਰੇਜ ਕਰ ਲਈਏ, ਭਰ ਲਈਏ ਕਿ ਕਿੱਥੇ ਗਲਤ ਹੋ ਰਿਹਾ, ਉਸ ਤੋਂ ਬਾਅਦ ਫਿਰ ਉਹਦੇ ਬਾਰੇ ਸੋਚ ਸਕਾਂ। ਅੱਜ ਦੇ ਸਿੱਧੂ ਲਾਈਵ ਸ਼ੋਅ ਦੇ ਵਿੱਚ ਤੁਸੀਂ ਸ਼ਾਮਿਲ ਹੋਏ ਹੋ, ਅਸੀਂ ਆਉਣ ਵਾਲੇ ਦਿਨਾਂ 'ਚ ਫਿਰ ਜੁੜਦੇ ਰਹਾਂਗੇ, ਮੁੱਦਿਆਂ ਦੀ ਗੱਲ ਹਮੇਸ਼ਾ ਹੀ ਕਰਦੇ ਰਹਾਂਗੇ। ਜੇ ਚੰਗੀ ਗੱਲ ਲੱਗੇ ਜ਼ਰੂਰ ਸ਼ੇਅਰ ਕਰਿਓ, ਮੈਨੂੰ ਪਤਾ ਬਹੁਤੇ ਲੋਕਾਂ ਨੂੰ ਰਾਜਨੀਤੀ ਪਸੰਦ ਹੈ, ਰਾਜਨੀਤੀ ਦੇ ਪਿੱਛੇ ਕੀ ਰਾਜਨੀਤੀ ਹੈ ਉਹ ਕਦੇ ਵੀ ਨਹੀਂ ਸਮਝਣ ਦਾ ਯਤਨ ਹੁੰਦਾ, ਇਹ ਵੀ ਇੱਕ ਰਾਜਨੀਤੀ ਹੈ, ਕਿਉਂਕਿ ਪੋਲੀਟਿਕਸ ਸੋਨੂੰ ਦੇਸੇ ਬੇਸ਼ੱਕ ਨਾ ਹਰ ਥਾਂ ਦੇ ਉੱਤੇ ਹੁੰਦੀ ਹੈ, ਹਰ ਥਾਂ ਉਹ ਵਰਤਾ ਰਿਹਾ। ਸੋ ਅੱਜ ਬਹੁਤ ਧੰਨਵਾਦ ਡਾਕਟਰ ਹਰਮਨਜੀਤ ਸਿੰਘ ਹੋਰਾਂ ਦਾ, ਜਿਹੜੇ PhD ਦੇ ਵਿੱਚ ਪ੍ਰੋਫੈਸਰ ਰਹੇ ਨੇ ਤੇ ਅੱਜ ਕੱਲ੍ਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ, ਉੱਥੇ ਵੀ ਕੁਦਰਤੀ ਸਰੋਤਾਂ ਦੇ ਵਾਸਤੇ ਯਤਨਸ਼ੀਲ ਨੇ। ਆਓ ਆਪਾਂ ਵੀ ਰਲ ਕੇ ਕੋਈ ਯਤਨ ਕਰੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ